ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਮੈਂ ਅਮਨ ਕਾਲਰਾ ਤੁਹਾਡਾ ਜੀ ਆਇਆਂ ਨੂੰ ਕਰਦਾ ਹਾਂ ਤੁਹਾਡੇ ਆਪਣੇ ਸ਼ੋਅ ਵਿੱਚ, ਜਿਹਦਾ ਨਾਂ ਹੈ ਕੈਂਟ ਪੰਜਾਬ ਪ੍ਰੈਜ਼ੈਂਟਸ ਜ਼ਾਇਕਾ ਏ ਜ਼ਿੰਦਗੀ, ਪਾਵਰਡ ਬਾਈ ਇਨੋਵੇਟਿਵ ਗੈਟਵੇ ਟਰੈਵਲ ਸੋਲਿਊਸ਼ਨਸ। ਅੱਜ ਸਾਡੇ ਸ਼ੋਅ ਨੂੰ ਚਾਰ ਚੰਦ ਲਾਉਣ ਆ ਰਿਹਾ ਸਾਡਾ ਵੀਰਾ, ਜਿਹਨੂੰ ਪਿਆਰ ਨਾਲ ਕਹਿੰਦੇ ਆ ਸਾਰੇ ਦਿੱਲੀ ਦਾ ਬੋਹੇਮੀਆ, ਜਿਹੜਾ ਆਪਣੀ ਵੀਡੀਓਜ਼ ਵਿੱਚ ਚਾਚੇ ਬੂਆ ਤੇ ਫੁੱਫੜ ਦੀ ਇੱਜ਼ਤ ਖਿਲਾਰੂ। ਤੁਹਾਡੇ ਪਿਆਰ ਤੇ ਸਾਡੇ ਸਤਿਕਾਰ ਨਾਲ ਬੁਲਾਉਣ ਜਾ ਰਹੇ ਹਾਂ ਅੱਜ ਦੇ ਸਟਾਰ ਨੂੰ, ਜਿਹਦਾ ਨਾਮ ਹੈ ਜੀਤ ਮੱਥਰੂ। ਥੈਂਕ ਯੂ ਭਾਜੀ, ਥੈਂਕ ਯੂ ਸੋ ਮਚ ਸਾਰਿਆਂ ਦਾ। ਭਾਈ ਇੰਟਰੋਡਕਸ਼ਨ ਵਧੀਆ ਦਿੱਤੀ ਹੈ ਤੁਸੀਂ, ਚਾਚੇ ਤਾਏ ਵਾਲੀ ਹੈ ਨਾ, ਇੱਜ਼ਤ ਤਾਂ ਪੂਰੀ ਕਰ ਦਿਓ ਵੈਸੇ ਚਾਚੇ ਤਾਏ ਦੀ। ਮੈਂ ਸਾਰੀ ਰਿਸਪੈਕਟ ਪੂਰੀ ਜ਼ੋਰ ਨਾਲ ਕਰਦਾ। ਬਟ ਜੀਤ ਮੈਨੂੰ ਇੱਕ ਗੱਲ ਦੱਸੋ, ਪੂਰੀ ਦੁਨੀਆ ਤੁਹਾਨੂੰ ਇੰਸਟਾਗ੍ਰਾਮ ਤੇ ਜਾਣਦੀ ਹੈ, ਬਟ ਇੰਸਟਾਗ੍ਰਾਮ ਤੋਂ ਪਹਿਲਾਂ ਤੁਸੀਂ ਸਟਾਰਟ ਫੇਸਬੁੱਕ ਤੋਂ ਕੀਤਾ ਸੀ। ਬਿਲਕੁਲ ਸਰ। ਤੇ ਫੇਸਬੁੱਕ ਤੇ ਵੀਡੀਓ ਪਾਉਣ ਦਾ ਇਨਸਪੀਰੇਸ਼ਨ ਕਦੋਂ, ਕਿਉਂ, ਕਿਵੇਂ ਆਇਆ? ਯਾਰ ਮੈਂ ਸੱਚੀ ਦੱਸਾਂ ਤੇ ਕੋਈ ਵੀ ਚੀਜ਼ ਕਦੀ ਸੋਚ ਕੇ ਕੀਤੀ ਨਹੀਂ, ਤੇ ਇਹ ਵੀਡੀਓ ਬਣਾਉਣ ਦਾ ਵੀ ਕੋਈ ਏਦਾਂ ਦਾ ਮਕਸਦ ਨਹੀਂ ਸੀ ਮੇਰਾ। ਬਟ ਉਸ ਵੇਲੇ 2019 ਦੀ ਗੱਲ ਹੈ ਜਦੋਂ ਕੋਵਿਡ ਹੋਇਆ ਸੀਗਾ, ਤਾਂ ਸਾਰਿਆਂ ਵਾਸਤੇ ਵਰਕ ਫਰੋਮ ਹੋਮ ਇੱਕ ਨਵੀਂ ਚੀਜ਼ ਸੀ, ਕਿਉਂਕਿ ਘਰ ਲਿਆ ਕੇ ਸਿਸਟਮ 'ਚ ਆਫਿਸ ਵਰਗਾ ਮਾਹੌਲ ਬਣਾਉਣਾ, ਵਿਚ ਇਜ਼ ਵੈਰੀ ਯੂ ਨੋ ਡਿਫੀਕਲਟ ਥਿੰਗ, ਕਿਉਂਕਿ ਘਰ 'ਚ ਬਹੁਤ ਸ਼ੋਰ ਸ਼ਰਾਬਾ ਹੁੰਦਾ, ਸਪੈਸ਼ਲੀ ਪੰਜਾਬੀਆਂ ਦੇ ਘਰ, ਜੁਆਇੰਟ ਫੈਮਿਲੀ 'ਚ, ਜਿੱਥੇ ਮਾਤਾ ਅਲੱਗ ਪੰਗੇ ਕਰ ਰਹੀ ਹੁੰਦੀ ਹੈ, ਬੇਬੇ ਅਲੱਗ, ਚਾਚਾ, ਤਾਇਆ, ਫੁੱਫੜ, ਸਾਡੇ ਵਰਗੇ ਘਰ 'ਚ ਜਿੱਥੇ ਸਾਰਾ ਦਿਨ ਕਲੇਸ਼ ਪੈਂਦਾ, ਉੱਥੇ ਬਹੁਤ ਡਿਫੀਕਲਟ ਸੀ। ਅਤੇ ਉਸ ਚੀਜ਼ ਨੂੰ ਮੈਂ ਸੋਚਿਆ ਵੀਡੀਓ 'ਚ ਕਿੱਦਾਂ ਉਤਾਰਾਂ, ਅਤੇ ਮੈਂ ਆਫਿਸ ਦਾ ਕੰਮ ਕਰਦਾ ਪਿਆ ਸੀ, ਅੰਗਰੇਜ਼ ਕਲਾਇੰਟ ਨਾਲ ਗੱਲ ਕਰ ਰਿਹਾ ਸੀ, ਇਨ ਬਿਟਵੀਨ ਮੇਰੀ ਮਾਤਾ ਆ ਰਹੀ ਹੈ ਕਿ ਪੈਰ ਉੱਤੇ ਕਰ ਲਾ, ਰੋਟੀ ਖਾ ਲੇਗਾ, ਪਿੱਛੇ ਉਹਦੀ ਦਾਦੀ ਆ ਰਹੀ ਹੈ, ਕੋਈ ਆ ਰਿਹਾ, ਮਤਲਬ 100 ਗੱਲਾਂ ਹੋ ਰਹੀਆਂ। ਅਤੇ ਉਹ ਚੀਜ਼ਾਂ ਜੋ ਸੀ ਮੈਂ ਉਸ ਵੀਡੀਓ ਦੇ ਵਿੱਚ ਉਤਾਰੀ। ਬੰਦਾ ਅਗਰ ਕੰਮ ਕਰ ਰਿਹਾ ਤਾਂ ਪੰਜਾਬੀ ਮੋਮ ਕਿੱਦਾਂ ਉਹਨੂੰ ਤਾਂ ਕਰੇ, ਲਾਈਕ ਮਾਈ ਮੋਮ ਸੇ ਪੈਰ ਉੱਤੇ ਕਰ, ਝਾੜੂ ਚੱਕ, ਝਾੜੂ ਮਾਰਨਾ ਹੈ, ਈਵਨ ਕਿ ਇੰਨਾ ਤੱਕ ਬੋਲ ਗਈ ਮੇਰੀ ਮੰਮੀ, ਮੈਂ ਕਹਿ ਰਿਹਾ ਮੰਮੀ ਅੰਗਰੇਜ਼ ਨਾਲ ਗੱਲ ਕਰ ਰਹੇ, ਮਿਊਟ ਕਰਨ ਦੋ, ਅਤੇ ਮੇਰੀ ਮੰਮੀ ਕਹਿ ਰਹੀ ਉਹ ਤੂੰ ਮੂਥ ਨਾ, ਅਤੇ ਬਾਹਰ ਜਾ ਕੇ ਮੂਥ, ਮੈਂ ਕਿਹਾ ਮੂਥ ਨਾ ਨਹੀਂ ਹੈ, ਮਿਊਟ ਕਰਦਾ ਯਾਰ, ਅਤੇ ਮੇਰੀ ਨੌਕਰੀ 'ਤੇ ਗੱਲ ਆ ਗਈ ਸੀਗੀ। ਅਤੇ ਉਹ ਵੀਡੀਓ ਲੋਕਾਂ ਨੂੰ ਇੰਨੀ ਪਸੰਦ ਆਈ ਸੀ, ਕਿਉਂਕਿ ਹਰ ਬੰਦਾ ਪਾਰਟੀਕੁਲਰਲੀ ਹਰ ਬੰਦਾ ਆਪਣੇ ਘਰ 'ਚ ਇਹ ਚੀਜ਼ ਫੇਸ ਕਰ ਰਿਹਾ ਸੀਗਾ ਜੋ ਜੋਬ ਕਰ ਰਹੇ ਸੀ, ਅਤੇ ਦੈਟ ਵਾਜ਼ ਮਾਈ ਯੂ ਨੋ ਕਿੱਕ ਸਟਾਰਟ, ਯੂ ਕੈਨ ਸੇ ਦੈਟ। ਅਤੇ ਉਸ ਤੋਂ ਬਾਅਦ ਫਿਰ ਕੋਵਿਡ ਹੋਇਆ, ਕੋਵਿਡ 'ਚ ਮੈਂ ਬੀਂਗ ਅ ਕੋਵਿਡ ਪੇਸ਼ੈਂਟ, ਮੈਂ ਔਰ ਮੇਰੀ ਮੋਮ ਨੇ ਵੀਡੀਓ ਬਣਾਈ, ਅਤੇ ਅਗੋੜਾ ਮੈਸੇਜਿਸ ਲਾਈਕ ਕਿ ਭਾਜੀ ਤੁਸੀਂ ਸਾਡੇ ਵਾਸਤੇ ਆਕਸੀਜਨ ਦਾ ਕੰਮ ਕਰ ਰਹੇ ਹੋ, ਪਲੀਜ਼ ਡੂ ਸੈਂਡ ਦਿਸ ਵੀਡੀਓ, ਰੋਜ਼ ਬਣਾਓ। ਅਤੇ ਉਹ ਫਿਰ ਜਦੋਂ ਮੈਸੇਜਿਸ ਮੈਂ ਅੱਜ ਵੀ ਪੜ੍ਹਦਾ, ਅਤੇ ਮੈਂ ਕਹਿੰਦਾ ਨਹੀਂ ਯਾਰ, ਅੱਜ ਕੱਲ੍ਹ ਲੋਕ ਇੰਨੇ ਡਿਪਰੈਸ਼ਨ 'ਚ ਹੈ, ਅਤੇ ਹਸਾਉਣਾ ਚਾਹੀਦਾ ਸਾਰਿਆਂ ਨੂੰ, ਤਾਂ ਕਰਕੇ ਮੈਂ ਇਹ ਚੀਜ਼ ਸ਼ੁਰੂ ਕੀਤੀ। ਪਹਿਲੇ ਤਾਂ ਮੰਮੀ ਪੰਜਾਬੀ ਮੋਮ ਤੁਹਾਨੂੰ ਪਤਾ ਹੀ ਹੈ, ਜਦੋਂ ਮੈਂ ਪਹਿਲੀ ਵੀਡੀਓ ਬਣਾਉਂਦਾ ਸੀ ਮੰਮੀ ਕਹਿੰਦੀ ਇਹ ਕੀ ਕੁੱਤੇ ਕੰਮ ਹੈ, ਫਿਰ ਜਦੋਂ ਮੰਮੀ ਬਾਹਰ ਜਾਂਦੀ ਹੈ ਹੁਣ ਦੇਖਦੀ ਹੈ ਕਿ ਯਾਰ ਪਛਾਣ ਰਹੇ ਲੋਕ, ਫਿਰ ਮੰਮੀ ਆ ਗਈ, ਹੁਣ ਮੈਨੂੰ ਕਹਿੰਦੀ ਕਾਕੇ ਅੱਜ ਵੀਡੀਓ ਨਹੀਂ ਬਣਾਉਣੀ ਤੂੰ, ਅਤੇ ਇਸ ਕਰਕੇ ਇੱਦਾਂ ਕਰਕੇ ਮੇਰਾ ਸਟਾਰਟ ਹੋਇਆ ਸੀ। ਬਟ ਭਾਜੀ ਫਸਟ ਆਫ ਆਲ ਬਹੁਤ ਬਹੁਤ ਕੰਗ੍ਰੈਚੁਲੇਸ਼ਨ, ਇਹ ਤੁਹਾਡੇ ਵਾਸਤੇ ਵੀ ਹੈ। ਜੀਤ ਮਥਾਰੂ ਹੈਜ਼ ਕ੍ਰੋਸਡ, ਇਹਨਾਂ ਨੇ 300,000 ਫੋਲੋਅਰਸ ਇੰਸਟਾਗ੍ਰਾਮ ਤੇ ਕ੍ਰੋਸ ਕਰ ਲਏ ਨੇ, ਉਹ ਵੀ ਆਰਗੈਨਿਕ। ਬਿਲਕੁਲ ਜੀ ਭਾਜੀ, ਫਸਟ ਆਫ ਆਲ ਕੰਗ੍ਰੈਚੁਲੇਸ਼ਨ, ਥੈਂਕ ਯੂ ਸੋ ਮਚ। ਬਟ ਇੱਕ ਗੱਲ ਦੱਸੋ, ਤੁਸੀਂ ਇੰਸਟਾਗ੍ਰਾਮ ਤੇ ਇੰਨੇ ਫੇਮਸ ਹੋਣ ਦੇ ਬਾਵਜੂਦ, ਪਹਿਲੀ ਵਾਰੀ ਇੱਕ ਬੰਦਾ ਮੈਂ ਇਨਫਲੂਐਂਸਰ ਦੇਖਿਆ ਹੈ ਜਿਹਨੇ ਸਟਾਰਟ ਤੋਂ ਹੀ ਆਪਣੀ ਮੋਮ ਨੂੰ ਇਸ ਚੀਜ਼ ਵਿੱਚ ਪਾਉਣ ਦੀ ਪੂਰੀ ਪੂਰੀ ਕੋਸ਼ਿਸ਼ ਕੀਤੀ ਹੈ, ਤੇ ਮੰਮੀ ਨੂੰ ਇੱਕ ਟੈਗ ਵੀ ਦੇ ਦਿੱਤਾ, ਮੰਮੀ ਦਿੱਲੀ ਵਾਲੀ। ਬਿਲਕੁਲ ਜੀ ਬਿਲਕੁਲ। ਉਹਨਾਂ ਦੇ ਕੀ ਰਿਸਪੌਂਸ ਸੀ ਇਹਦੇ ਵਿੱਚ? ਭਾਜੀ ਦੇਖੋ ਇੱਦਾਂ ਹੈ,
ਮੇਰਾ ਮੰਨਣਾ ਹੈ ਕਿ ਅਗਰ ਤੁਹਾਡੇ ਘਰ 'ਚ ਕੋਈ ਇੱਕ ਵੀ ਬੰਦਾ ਚੱਲ ਰਿਹਾ, ਤੁਸੀਂ ਉਹਦੇ ਪਿੱਛੇ ਪਏ ਰਹੋ, ਬਾਕੀ ਤੁਸੀਂ ਸਾਰੇ ਕੰਮ ਲਾਈਨ 'ਤੇ ਆ ਜਾਓਗੇ ਹੁਣ, ਕਿਉਂਕਿ ਮੈਂ ਵੀਡੀਓ ਬਣਾ ਰਿਹਾ ਸੀਗਾ, ਮੈਂ ਮੰਮੀ ਦੇ ਨਾਲ ਵੀ ਵੀਡੀਓ ਬਣਾਈ, ਮੰਮੀ ਤੋਂ ਬਿਨਾਂ ਵੀ ਵੀਡੀਓ ਬਣਾਈ, ਬਟ ਇੱਕ ਹੁੰਦਾ ਜਦ ਤੱਕ ਕੋਈ ਇੱਕ ਚੀਜ਼ ਇੱਦਾਂ ਦੀ ਕੈਚੀ ਲੋਕਾਂ ਨੂੰ ਨਹੀਂ ਲੱਗਦੀ ਹੈ ਕਿ ਇਹ ਸਾਡੇ ਨਾਲ ਚੀਜ਼ ਹੋਈ ਹੈ, ਰਿਲੇਟੇਬਲ ਨਹੀਂ ਲੱਗਦੀ, ਤਦ ਤੱਕ ਲੋਕ ਸ਼ੇਅਰ ਨਹੀਂ ਕਰਦੇ ਹੈ। ਅਤੇ ਮੈਂ ਜਦੋਂ ਵੀਡੀਓ ਬਣਾਈ ਅਤੇ ਉਹਦੇ ਵਿੱਚ ਮੰਮੀ ਦਾ ਕਰੈਕਟਰ ਮੈਂ ਇੱਦਾਂ ਦਾ ਉਤਾਰਿਆ ਵਿਦਆਊਟ ਸਕ੍ਰਿਪਟਿਡ, ਵਿਦਆਊਟ ਫਿਲਟਰ, ਸੋ ਦੈਟ ਉਹ ਲੋਕਾਂ ਨੂੰ ਲੱਗਣ ਲੱਗ ਗਿਆ ਯਾਰ ਕੀ ਹੈ। ਅਤੇ ਸਾਡੀ ਮਾਂ ਵੀ ਬੋਲਦੀ ਇੱਦਾਂ ਹੀ ਕਿ ਯਾਰ ਤੂੰ ਰਾਜਮਾਂਹ ਚਾਵਲ ਖਾ ਲੇਗਾ, ਜਾਂ ਇੱਧਰ ਉਹਦੀ ਪੈਰ ਚੱਕ, ਚੱਦਰ ਕੱਟਣੀ ਹੈ, ਕੀ ਹਾਲ ਬਣਾਇਆ ਅਲਮਾਰੀ ਦਾ। ਅਤੇ ਜਦੋਂ ਮੈਂ ਅਨਫਿਲਟਡ ਚੀਜ਼ਾਂ, ਨੋਨ ਸਕ੍ਰਿਪਟਿਡ ਚੀਜ਼ਾਂ ਵੀਡੀਓ 'ਚ ਪਾਈਆਂ ਤਾਂ ਮੈਨੂੰ ਅੱਛਾ ਰਿਸਪੋਂਸ ਮਿਲਿਆ। ਅਤੇ ਯੈਸ, ਮਾਈ ਮੋਮ ਇਜ਼ ਮਾਈ USP ਆਫ ਮਾਈ ਵੀਡੀਓ, ਮੈਨੂੰ ਇਸ ਚੀਜ਼ 'ਚ ਕੋਈ ਨਹੀਂ, ਹਾਲਾਂਕਿ ਲੋਕ ਕਈ ਗਲਤ ਵੀ ਬੋਲ ਜਾਂਦੇ ਆ, ਉਹ ਮੰਮੀ ਨਹੀਂ ਹੋਣਗੇ ਅਤੇ ਤੂੰ ਕਿੱਦਾਂ ਵੀਡੀਓ ਬਣਾਏਗਾ। ਮੈਂ ਕਿਹਾ ਯਾਰ ਉਹ ਗੱਲ ਮੈਟਰ ਉਹ ਨਹੀਂ ਕਰਦੀ, ਗੱਲ ਮੈਟਰ ਇਹ ਕਰਦੀ ਹੈ ਕਿ ਮੈਂ ਮੰਮੀ ਤੋਂ ਐਕਟ ਕਿਵੇਂ ਕਰਾ ਰਿਹਾ। ਹਾਲਾਂਕਿ ਮੰਮੀ ਨੂੰ ਸਕ੍ਰਿਪਟ ਦੱਸਣ ਦੀ ਲੋੜ ਨਹੀਂ ਹੈ, ਸ਼ੀ ਇਜ਼ ਅ ਬੋਰਨ ਐਕਟਰ, ਆਪਾਂ ਬਚਪਨ ਤੋਂ ਹੀ ਦੇਖ ਰਹੇ ਹਾਂ। ਬਟ ਹਾਂ ਯੈਸ, ਉਹਨਾਂ ਨੂੰ ਲੋੜ ਪੈਂਦੀ ਹੈ ਮੇਰੀ, ਜਦੋਂ ਕਹਿੰਦੇ ਪੁੱਤ ਇਹ ਕਿੱਦਾਂ, ਕਿਉਂਕਿ ਏਜ ਵੀ ਹੈ ਨਾਲੇ ਥੋੜ੍ਹਾ ਬਹੁਤ ਉਹਨਾਂ ਨੂੰ ਐਕਸਪੀਰੀਅੰਸ ਘੱਟ ਸੀਗਾ। ਬਟ ਹਾਂ ਹੁਣ ਐਕਸਪੀਰੀਅੰਸ ਹੋ ਗਿਆ ਅਤੇ ਬੜੀ ਜਲਦੀ ਇੱਕ ਉਹਨਾਂ ਦੀ ਮੂਵੀ ਵੀ ਆ ਰਹੀ, ਆਪਾਂ ਛੇਤੀ ਦੱਸਾਂਗੇ। ਅਤੇ ਆਈ ਐਮ ਵੈਰੀ ਹੈਪੀ ਐਂਡ ਮੰਮੀ ਨਾਲ ਵੀਡੀਓ ਬਣਾ ਕੇ ਮੈਨੂੰ ਬਹੁਤ ਕੰਫਰਟੇਬਲ, ਲਾਈਕ ਮੈਂ ਬਹੁਤ ਕੰਫਰਟੇਬਲ, ਕਿਉਂਕਿ ਹੁਣ ਉਹਨਾਂ ਨੂੰ ਦੱਸਣਾ ਨਹੀਂ ਪੈਂਦਾ। ਔਰ ਬਹੁਤ ਸਾਰੇ ਮੈਸੇਜ ਆਉਂਦੇ ਆ ਕਿ ਭਾਅ ਜੀ ਮੰਮੀ ਨਾਲ ਗੱਲ ਕਰਾ ਦਿਓ, ਕਿਉਂਕਿ ਲੋਕ ਮਾਂ ਨਾਲ ਜੁੜੇ ਹੁੰਦੇ ਅੱਜ ਕੱਲ੍ਹ ਸਾਰੇ, ਅਤੇ ਬਹੁਤ ਅੱਛਾ ਲੱਗਦਾ ਹੈ। ਬਟ ਸੱਚੀ ਦੱਸਾਂ, ਆਂਟੀ ਦੀ ਕੋਮਿਕ ਟਾਈਮਿੰਗ ਬਾ ਕਮਾਲ ਹੈ। ਬਿਲਕੁਲ ਜੀ, ਜੇ ਆਂਟੀ ਪੰਜਾਬੀ ਫਿਲਮਾਂ 'ਚ ਵੀ ਆਣਗੇ ਤੇ ਨਿਰਮਲ ਰਿਸ਼ੀ ਜੀ ਤੋਂ ਬਹੁਤ ਜ਼ਿਆਦਾ ਕਨੈਕਟਡ ਨੇ ਆਂਟੀ। ਮਤਲਬ ਸਾਨੂੰ ਲੱਗਦਾ ਨਿੱਕਾ ਜੈਲਦਾਰ ਜਾਂ ਨਿਰਮਲ ਰਿਸ਼ੀ ਜੀ ਹੁੰਦੇ ਜਾਂ ਆਂਟੀ ਹੁੰਦੇ ਐਪ ਰੋਲ ਸੀ। ਟੱਚ ਵੁੱਡ ਦੀ, ਮੈਂ ਤੇ ਆਪ ਚਾਹੁੰਦਾ ਕਿ ਕੁਝ ਅੱਛਾ ਮੰਮੀ ਵਾਸਤੇ ਰੋਲ ਆਏ। ਈਵਨ ਕਿ ਹਜੇ ਜਦੋਂ ਆਪਾਂ ਲਾਸਟ ਈਅਰ ਇੱਕ ਮੂਵੀ ਦੀ ਪ੍ਰਮੋਸ਼ਨ ਕਰਕੇ ਆਏ ਸੀ, ਚੰਡੀਗੜ੍ਹ ਗਏ ਸੀ, ਤੇ ਉੱਥੇ ਇੱਕ ਐਕਟਰੈਸ ਸੀਗੇ ਤੇ ਮੰਮੀ ਨੇ ਉਹਨਾਂ ਨੂੰ ਮੂੰਹ ਤੇ ਹੀ ਕਹਿਤਾ ਪੰਜਾਬੀ ਦੀ, ਪੰਜਾਬੀ ਇੰਡਸਟਰੀ ਦੀ ਬਹੁਤ ਅੱਛੀ ਐਕਟਰੈਸ ਨੇ, ਉਹਨਾਂ ਨੂੰ ਕਿਉਂਕਿ ਮੇਰੀ ਮੰਮੀ ਨੇ ਇੱਕ ਬਲੰਟ ਔਰ ਇੱਕ ਮਾਂ ਹੈ, ਸਿੱਧੀ ਜੀ ਗੱਲ, ਮਾਂ ਕਦੀ ਕੋਈ ਫਿਲਟਰ ਨਾਲ ਨਹੀਂ ਬੋਲਦੀ, ਉਹਨੂੰ ਜੋ ਬੋਲਣਾ ਬੋਲਦੀ ਹੈ। ਤੇ ਮੰਮੀ ਨੇ ਉਹਨਾਂ ਨੂੰ ਕਹਿਤਾ ਜੀ ਹੁਣ ਬਹੁਤ ਟਾਈਮ ਹੋ ਗਿਆ, ਪੁਰਾਣੇ ਐਕਟਰੈਸ ਮਾਵਾਂ ਆ ਰਹੀਆਂ ਨੇ, ਉਹਨਾਂ ਨੂੰ ਕਹੋ ਤੁਸੀਂ ਰੈਸਟ ਕਰੋ, ਸਾਨੂੰ ਵੀ ਮੌਕਾ ਦਿਓ। ਤੇ ਮੰਮੀ ਨੇ ਉਹਨਾਂ ਨੂੰ ਬੋਲਿਆ ਤੇ ਦੇਵਰ ਲਾਈਕ ਕਿ ਆਂਟੀ ਕਿੰਨੇ ਕੌਨਫੀਡੈਂਟ ਨੇ। ਤੇ ਜਦੋਂ ਆਪਾਂ ਉੱਥੇ ਸ਼ੂਟ ਵੀ ਕੀਤਾ ਸੀ ਉਹਨਾਂ ਦੀ ਮੂਵੀ ਦਾ ਪ੍ਰਮੋਸ਼ਨ, ਤੇ ਉਹਨਾਂ ਨੇ ਸਾਰਿਆਂ ਨੇ ਤਾਲੀਆਂ ਮਾਰੀ ਸੀ, ਸਪੈਸ਼ਲੀ ਮੰਮੀ ਵਾਸਤੇ ਕਿ ਇੱਕ ਹੀ ਲਾਈਨ ਦੇ ਵਿੱਚ ਗੋ ਥਰੂ ਕਰ ਗਏ ਸੀ। ਤੇ ਇਹ ਚੀਜ਼ ਹੈ, ਬਾਕੀ ਹਾਂ ਮੈਂ ਜ਼ਰੂਰ ਚਾਹੁੰਦਾ, ਅਰਦਾਸ ਕਰਦਾ, ਪ੍ਰੇ ਕਰ ਰਿਹਾ ਕਿ ਮੰਮੀ ਨੂੰ ਅੱਛਾ ਕੰਮ ਮਿਲੇ, ਮੈਨੂੰ ਅੱਛਾ ਕੰਮ ਮਿਲੇ, ਬਾਕੀ ਮਿਹਨਤ ਕਰਾਂਗੇ ਤੇ ਅੱਗੇ ਜਾਵਾਂਗੇ ਜੀ। ਭਾਈ, ਵੀ ਵਿਸ਼ ਯੂ ਆਲ ਦਾ ਲੱਕ ਐਂਡ ਲਵ। ਥੈਂਕ ਯੂ। ਲੇਕਿਨ ਕਿੱਦਾਂ ਰਿਹਾ ਸਫ਼ਰ, ਇੱਕ ਛੋਟੀ ਜੀ ਵਾਈਨ, ਮੈਂ ਜੀਤ ਮਥਾਰੂ ਦਿੱਲੀ ਦਾ ਬੋਹੇਮੀਆ, ਯਾ ਬੋਹੇਮੀਆ ਵੀ ਬਹੁਤ ਬਾਅਦ ਵਿੱਚ ਮੇਰੇ ਖਿਆਲ ਇੰਟਰੋਡਿਊਸ ਹੋਇਆ, ਪਹਿਲੇ ਜਿਹੜੀ ਵਾਈਨਸ ਬਣਾਉਣ ਤੋਂ ਬਾਅਦ, ਅੱਜ ਰੈਡ FM ਵਰਗੇ ਇੱਕ ਰਿਪਿਊਟਿਡ FM ਚੈਨਲ ਵਿੱਚ ਯੂ ਆਰ ਵਰਕਿੰਗ, ਰਾਈਟ ਸਰ, ਹੈ ਨਾ, ਤਾਂ ਉਹ ਸਫ਼ਰ ਕਿੱਦਾਂ ਦਾ ਰਿਹਾ? ਸਰ ਦੇਖੋ, ਇੱਦਾਂ ਮੈਂ ਜਿੱਦਾਂ ਸਟਾਰਟਿੰਗ 'ਚ ਵੀ ਦੱਸਿਆ ਕਿ ਮੈਂ ਨਾ ਕਰੈਕਟਰ ਜਿਹੜੇ ਨੇ ਆਪਣੇ, ਮੇਰਾ ਇੱਕ ਕਰੈਕਟਰ ਹੈ ਚਾਚਾ, ਜਿਹੜਾ ਇੱਕ ਛੋਟਾ ਬੱਚਾ ਹੈਗਾ, ਉਹ ਆਪਣੇ ਰਿਸ਼ਤੇਦਾਰਾਂ ਨੂੰ ਗਾਲਾਂ ਕੱਢਦਾ ਰਹਿੰਦਾ, ਗਾਲਾਂ ਇਨ ਦਾ ਸੈਂਸ ਲਾਈਕ ਜੋ ਘਰ ਘਰ 'ਚ ਕਲੇਸ਼ ਨੇ ਅੱਜ ਕੱਲ੍ਹ, ਤੁਹਾਨੂੰ ਪਤਾ ਹੀ ਹੈ ਕਿ ਚਾਹੇ ਤਾਏ ਚਾਚਿਆਂ ਨੇ ਜੋ ਫੈਮਿਲੀ ਡਿਸਪਿਊਟ ਚੱਲਦਾ, ਤੇ ਸਾਡੀ ਵੀ ਕੋਈ ਇੱਦਾਂ ਦੀ ਕਹਾਣੀ ਹੈ। ਤੇ ਪਹਿਲੇ ਉਹ ਗੱਲ ਨਹੀਂ ਕਰਦੇ ਸੀ ਸਾਡੇ ਨਾਲ, ਹੁਣ ਉਹ ਗੱਲ ਕਰਨ ਲੱਗ ਗਏ ਨੇ। ਹਾਲਾਂਕਿ ਮੇਰੀ ਮੰਮੀ ਨੇ ਇੱਕ ਚੀਜ਼ ਸਿਖਾਈ ਹੈ, ਬੇਟਾ ਜੋ ਕਿਸਮਤ ਦਾ ਹੈ ਉਹ ਤੈਨੂੰ ਆਪ ਮਿਲ ਜਾਣਾ, ਟੈਨਸ਼ਨ ਨਾ ਲੈ। ਤੇ ਮੈਂ ਇਸ ਚੀਜ਼ ਨੂੰ ਬੜੇ ਲਾਈਟਰ ਮੋਡ 'ਚ ਲੈਂਦਾ, ਲੱਗੇ ਰਹਿੰਦੇ ਹਾਂ। ਫਿਰ ਲੱਕੀਲੀ ਮੈਂ ਬੋਹੀਮੀਆ ਦਾ ਵੀ ਗਾਣੇ ਸੁਣਦਾ ਸੀ ਭਾਈ ਦੇ, ਤੇ ਕਪਿਲ ਸ਼ਰਮਾ ਭਾਈ ਦੇ, ਮੈਂ ਵੈਸੇ ਹੀ ਬਹੁਤ ਵੱਡਾ ਫੈਨ ਹਾਂ ਉਹਨਾਂ ਦਾ। ਤੇ ਮੈਂ ਇੱਕ ਦਿਨ ਮੰਮੀ ਦੇ ਨਾਲ, ਮੇਰੀ ਕਿਉਂਕਿ ਡੇਲੀ ਰੂਟੀਨ ਸੀ ਇੱਕ ਵੀਡੀਓ ਬਣਾਉਣੀ, ਤੇ ਮੈਂ ਮੰਮੀ ਨਾਲ ਤਿਆਰ ਹੋ ਰਿਹਾ ਤੇ ਠੰਡ ਦਾ ਮੌਸਮ ਸੀ, ਤੇ ਮੈਂ ਉਹ ਜਰਸੀ ਬੋਹੀਮੀਆ ਵਾਲੀ ਭਾਜੀ ਦੀ ਜਿਹੜੀ ਮੈਂ ਯੂਜ਼ ਕਰਦਾ ਹੁਡੀ, ਤੇ ਮੈਂ ਕਿਹਾ ਮੰਮੀ ਵੀਡੀਓ ਬਣਾਈਏ, ਤੇ ਮੰਮੀ ਉਹੀ ਟਿਪੀਕਲ ਮੋਮ ਕਹਿੰਦੀ ਨਹੀਂ ਪਹਿਲੇ ਸਬਜ਼ੀ ਮੰਡੀ ਜਾਣਾ, ਸਮਾਨ ਲੈ ਕੇ ਆਉਣਾ। ਮੈਂ ਕਿਹਾ ਬਾਅਦ 'ਚ ਚੱਲਾਂਗੇ। ਮੰਮੀ ਕਹਿੰਦੀ ਨਹੀਂ ਫਿਰ ਤੂੰ ਸ਼ਾਮੀ ਨਿਕਲ ਜਾਏਗਾ ਕਿਤੇ ਬਾਹਰ।
ਮੈਂ ਕਿਹਾ ਠੀਕ ਹੈ ਗੱਡੀ 'ਚ ਜਾਂਦੇ ਜਾਂਦੇ ਬਣਾਉਂਦੇ ਹਾਂ, ਅਤੇ ਉਹ ਬਸ ਉਹ ਗਾਣਾ ਸੁਣ ਰਿਹਾ ਸੀ, ਮੈਂ ਲਾਈਨਾਂ ਗ੍ਰੈਬ ਕਰ ਰਿਹਾ ਸੀ ਜਿੱਥੇ ਲਾਈਨ ਯਾਦ ਆਉਂਦੀ ਸਾਈਡ 'ਤੇ ਗੱਡੀ ਲਗਾਉਂਦਾ ਉੱਥੇ, ਮੰਮੀ ਕਹਿੰਦੀ 10 ਮਿੰਟ ਦੀ ਰਸਤਾ ਸਬਜ਼ੀ ਮੰਡੀ ਜਾਂਦਾ, ਤੂੰ ਘੰਟਾ ਲਾਤਾ ਹਜੇ ਤੱਕ ਨਹੀਂ ਪਹੁੰਚਿਆ। ਮੈਂ ਕਿਹਾ ਮੰਮੀ ਜਿੱਥੇ ਯਾਦ ਆਉਂਦਾ ਕੁਛ ਮੈਂ ਲਿਖ ਲੈਂਦਾ। ਬਸ ਉਹ ਬਸ ਸਬਜ਼ੀ ਮੰਡੀ ਪਹੁੰਚੀ, ਨਾਲ ਇੱਕ ਫਰੈਂਡ ਸੀ ਸਾਡੇ ਜੇ ਡੀ ਭਾਅ ਜੀ, ਉਹਨਾਂ ਨੇ ਸ਼ੂਟ ਕੀਤਾ, ਅਤੇ ਉਹ ਬਾ ਕਮਾਲ ਇੱਦਾਂ ਦੀ ਚੀਜ਼ ਬਣੀ ਕਿ ਬੈਕ ਟੂ ਬੈਕ ਔਰ ਰਾਈਮਿੰਗ ਜੁੜ ਗਈ। ਉੱਥੇ ਇੱਕ ਡਾਇਲੋਗ ਜਿਹੜਾ ਮੇਰਾ ਚੱਲਿਆ ਸੀਗਾ ਕਿ ਪਿਆਜ਼ ਵਾਲੇ ਨੂੰ ਪੁੱਛਿਆ ਸੀ ਕਿ 10 ਕੇ 5 ਕਿਲੋ ਜੋ ਵੀ ਲਾਈਨ ਨਿਕਲੀ ਸੀ, ਉਹ ਉਸ ਵੇਲੇ ਰੈਂਡਮ ਨਿਕਲ ਗਈ ਸੀ, ਅਤੇ ਉਹ ਜੋ ਚੀਜ਼ ਉਹ ਚੱਲੀ, ਅਤੇ ਉਹਨਾਂ ਦੀ ਬਦੌਲਤ ਹੀ ਉਹ ਵੀਡੀਓ ਦੇਖ ਕੇ ਕਪਿਲ ਸ਼ਰਮਾ ਭਾਅ ਜੀ ਇਟਸੈਲਫ ਉਹਨਾਂ ਨੇ ਮੈਨੂੰ ਫੋਲੋ ਕੀਤਾ, ਅਤੇ ਜਦੋਂ ਉਹਨਾਂ ਨੇ ਮੈਨੂੰ ਫੋਲੋ ਕੀਤਾ ਕਾਫੀ ਸਾਰੇ ਟੈਗ ਬੋਹੇਮੀਆ ਭਾਅ ਜੀ ਨੂੰ ਗਏ, ਅਤੇ ਮੈਂ ਆਪ ਟੈਗ ਕਰਦਾ ਸੀ ਪਰ ਪਤਾ ਨਹੀਂ ਉਹਨਾਂ ਨੇ ਪਹਿਲੇ ਦੇਖੀ ਸੀ ਨਹੀਂ ਦੇਖੀ ਸੀ, ਬਟ ਜਦੋਂ ਮੈਂ ਦੇਖਣ ਲੱਗ ਗਿਆ ਕਿ ਯਾਰ ਵੱਡੇ ਵੱਡੇ ਸਟਾਰ ਉਹਨਾਂ ਨੂੰ ਟੈਗ ਕਰ ਰਿਹਾ, ਦੈਨ ਉਹ ਵੀ ਮੈਸੇਜ 'ਤੇ ਕਰਨਾ ਪੈ ਗਿਆ ਉਹਨਾਂ ਨੂੰ, ਉਹਨਾਂ ਦਾ ਮੈਸੇਜ ਆਇਆ ਇੱਕ ਜੋ ਮੈਂ ਹਜੇ ਵੀ ਸੇਵ ਕਰਕੇ ਰੱਖਿਆ, ਮੈਂ ਸਟੋਰੀਜ਼ 'ਚ ਵੀ ਪਾਉਂਦਾ, ਉਹਨਾਂ ਦਾ ਇੱਕ ਹੀ ਮੈਸੇਜ ਆਇਆ ਵਿਚ ਵਾਜ਼ ਲਾਈਕ ਪੈਰੀ ਪੋਨਾ ਟੂ ਮੋਮ ਐਂਡ ਯੂ ਆਰ ਡੂਇੰਗ ਵੈਰੀ ਵੈਰੀ ਵੈਲ, ਅਤੇ ਉਹ ਮਤਲਬ ਮੇਰੇ ਵਾਸਤੇ ਡ੍ਰੀਮ ਕਮ ਟਰੂ ਸੀ, ਮੈਂ ਰੋ ਵੀ ਪਿਆ ਸੀ। ਔਰ ਜਦੋਂ ਕਪਿਲ ਸ਼ਰਮਾ ਭਾਈ ਨੇ ਮੈਨੂੰ ਫੋਲੋ ਕੀਤਾ ਸੀਗਾ 3 ਵਜੇ, ਮੈਂ ਆਪਣੀ ਮੰਮੀ ਨੂੰ ਉਠਾ ਕੇ ਮੈਂ ਦੱਸ ਰਿਹਾ, ਮੈਂ ਰੋਂਦਾ ਪਿਆ, ਮੈਂ ਕਿਹਾ ਮੰਮੀ ਆਹ ਦੇਖੋ ਕੀ ਹੋਇਆ। ਮੰਮੀ ਕਹਿੰਦੀ ਫੋਲੋ ਦਾ ਮਤਲਬ ਕੀ ਹੁੰਦਾ? ਉਹ ਟਿਪੀਕਲ ਮੋਮ। ਮੈਂ ਕਿਹਾ ਮਤਲਬ ਹੁਣ ਉਹ ਸਾਡੀ ਵੀਡੀਓ ਦੇਖਣਗੇ ਸਾਰੀਆਂ, ਅਤੇ ਏਦਾਂ ਕਰਕੇ ਮਤਲਬ ਇਹ ਸਾਡਾ ਕਿੱਕ ਪੁਆਇੰਟ ਸੀਗਾ। ਵਾਹ ਯਾਰ, ਮਤਲਬ ਇਹ ਚੀਜ਼ ਨੇ ਤੇ ਇਹ ਦੇਖੋ ਇਹ ਕੈਮਰਾ 'ਚ ਵੀ ਦਿਖਾ ਸਕਦੇ ਹੋ। ਬਿਲਕੁਲ ਬਿਲਕੁਲ, ਇਹ ਹੁੰਦੇ ਗੂਸ ਬੰਪਸ। ਅੱਛਾ ਸੱਚੀ ਦੱਸਾਂ, ਨੋਟੀਕੇਟ ਦਾ ਕੈਰੈਕਟਰ ਮੇਰਾ ਬਹੁਤ ਜ਼ਿਆਦਾ ਫੇਵਰੇਟ ਹੈ। ਅੱਜ ਤੱਕ ਤੁਸੀਂ ਇੰਸਟਾਗ੍ਰਾਮ ਤੇ ਹੀ ਖੇਲ ਖਿਲਾ ਰਹੀ ਹੈ ਉਹਦੀ, ਲੇਕਿਨ ਪਲੀਜ਼ ਇੱਥੇ ਇੱਕ ਵਾਰੀ ਲਾਈਵ ਨੋਟੀਕੇਟ ਕਰਕੇ ਦਿਖਾ ਦਿਓ। ਸਟੋਰੀ ਬਾਜੀ ਉਹਦੀ ਹੈ ਕਿ ਮੈਂ ਬਚਪਨ ਤੋਂ ਬਹੁਤ ਨੋਟੀ ਸੀ, ਮਗਰ ਅਗਰ ਅਗਰ ਮੈਂ ਤੁਹਾਨੂੰ ਸਕੂਲ ਦੀ ਆਪਣੀ ਹਰਕਤਾਂ ਦੱਸਣ ਲੱਗ ਗਿਆ ਤਾਂ ਮਤਲਬ ਇੱਕ ਇੱਕ ਚੀਜ਼ ਖੋਲ ਕੇ ਆ ਜਾਏਗੀ। ਮੈਂ ਇੰਨਾ ਨੋਟੀ ਸੀ ਕਿ ਮੈਂ ਇੰਨੀਆਂ ਸੱਟਾਂ ਲਵਾਈਆਂ ਨੇ, ਮੇਰੇ ਮੇਰੇ ਪੂਰੇ ਫੇਸ ਤੇ ਜੋ ਅਜੇ ਦਾੜੀ ਆ ਗਈ, ਬਾਲ ਹੈ ਸਾਰੇ ਤੇ, 22 ਸਟਿਚਸ ਨੇ, ਕਿਤੇ ਗਿਰਦਾ ਸੀ ਕਦੇ ਕੁਛ ਊਟ ਪਟਾਂਗ ਹਰਕਤਾਂ। ਤੇ ਨੋਟੀ ਕਰੈਕਟਰ ਜਿਹੜਾ ਮੇਰਾ ਨੋਟੀ ਬੱਚਾ ਹੈਗਾ, ਉਹ ਇੱਦਾਂ ਦਾ ਬੱਚਾ ਹੈ ਜਿਹੜਾ ਆਪਣੇ ਚਾਚੇ ਤੋਂ ਪਰੇਸ਼ਾਨ, ਆਪਣੀ ਭੂਆ ਤੋਂ ਪਰੇਸ਼ਾਨ ਹੈ, ਔਰ ਇੱਕ ਨਟੋਰੀਅਸ ਬੰਦਾ। ਮੈਂ ਜਿੱਦਾਂ ਹੁਣ GHPS ਸਕੂਲ 'ਚ ਪੜਿਆ ਮੈਂ ਫਤਿਹਨਗਰ ਤੋਂ, ਅਤੇ ਮੇਰੇ ਕੋਲ ਉਹ ਪਟਕਾ ਪਿਆ ਹੋਇਆ, ਅਤੇ ਜਿੱਦਾਂ ਮੈਂ ਉਹ ਪਟਕਾ ਬੰਨ ਲੈਂਦਾ ਬਸ ਮੇਰੇ ਅੰਦਰੋਂ ਦੀ ਉਹ ਆਤਮਾ ਨਿਕਲ ਜਾਂਦੀ, ਜਿੱਦਾਂ ਅਗਰ ਸਪੋਸ਼ ਕਰ ਲਓ ਮੈਂ ਹੁਣ ਇੱਕ ਪਟਕਾ ਬੰਨੇ ਹੁੰਦਾ ਹੋਇਆ, ਮੇਰਾ ਚਾਚਾ ਹੁੰਦਾ ਕੈਮਰਾ ਮੈਨ, ਮੇਰੇ ਦੋ ਮੌਜ ਦੇ ਵਿੱਚ ਮੁੱਕਾ ਪੱਤਾ ਕਿ ਬਾਰ ਬਾਰ ਕੱਟ ਕਰੀ ਜਾ ਰਿਹਾ, ਕੱਟ ਕਰੀ, ਇੱਕੋ ਇੱਕ ਤਰੀ ਪਤਾ ਲੱਗ ਰਿਹਾ ਕਿ ਯਹਾਂ ਪਰ ਬੈਠ ਕੇ ਮਿਹਨਤ ਕਰ ਲਈ, ਉੱਪਰ 'ਚ ਕੁਛ ਕਾਇਆ ਵੀ ਨਹੀਂ, ਔਰ ਇਹ ਕਹਿ ਰਿਹਾ ਕੱਟ ਕੱਢੂ ਕੱਟ ਕੱਢੂ ਚਾਚਾ ਮੈਂ। ਨੈਕਸਟ ਅਪ ਮੈਂ ਇਹ ਪੁੱਛਣਾ ਸੀ ਕਿ ਦੇਖੋ ਟਾਈਮ ਟੂ ਟਾਈਮ ਫੇਸਬੁੱਕ ਜਦ ਆਇਆ ਸੀ ਉੱਥੇ ਪੇਡ ਪ੍ਰੋਮੋਸ਼ਨ ਸ਼ੁਰੂ ਕੀਤੀ, ਅੱਜ ਦੀ ਡੇਟ 'ਚ ਉਸ ਤੋਂ ਬਾਅਦ ਇੰਸਟਾਗ੍ਰਾਮ ਇਜ਼ ਦਾ ਨਿਊ ਸੋਸ਼ਲ ਮੀਡੀਆ ਆਫ ਗੋਡ, ਫੋਲੋਅਰਸ ਦੀ ਰੇਸ 'ਚ ਹਰ ਇਨਫਲੂਐਂਸਰ ਭੱਜ ਰਿਹਾ। ਬਿਲਕੁਲ ਜੀ, ਬਹੁਤ ਜ਼ਿਆਦਾ। ਤੇ ਉਹ ਫੋਲੋਅਰਸ ਦੀ ਰੇਸ ਵਿੱਚ ਮਿਹਨਤ, ਟਾਈਮ, ਮਨੀ, ਲਾਈਫ ਕੀ ਕੁਛ ਝੋਕਣਾ ਪੈਂਦਾ, ਤੇ ਹਾਊ ਹਾਰਡ ਇਟ ਇਜ਼, ਮਤਲਬ ਕਿੰਨਾ ਜ਼ਿਆਦਾ ਮੁਸ਼ਕਿਲ ਹੈ ਇਹ ਕੰਮ? ਸੀਰੀਅਸਲੀ ਸਰ, ਇਟਸ ਵੈਰੀ ਡਿਫੀਕਲਟ। ਮੈਂ ਹੁਣ ਤੁਹਾਨੂੰ ਕਿੱਦਾਂ ਦੱਸਾਂ, ਮਤਲਬ ਇਹ ਜੋ ਫੋਲੋਅਰਸ ਨਹੀਂ ਕਹਿੰਦਾ ਮੈਂ ਇਹਨਾਂ ਨੂੰ, ਮੈਂ ਇਹਨਾਂ ਨੂੰ ਕਹਿੰਦਾ ਮੇਰੀ ਫੈਮਿਲੀ। ਯੂ ਵੋਂਟ ਬਿਲੀਵ ਕਿ ਮੈਂ ਦਿਨ 'ਚ ਕਿੰਨੀ ਵਾਰ ਉੱਠ ਕੇ ਫਿਲਟਰ ਲਾ ਕੇ ਚੈੱਕ ਕਰਦਾ ਕਿ ਵੈਰੀਫਾਈਡ ਬੰਦੇ ਕਿੰਨੇ ਆਏ, ਨੋਨ ਵੈਰੀਫਾਈਡ ਬੰਦੇ ਕਿੰਨੇ ਆਏ ਨੇ ਇੰਸਟਾਗ੍ਰਾਮ ਦੇ ਫੋਲੋਅਰਸ। ਸੋ ਇੱਕ 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 ਫੋਲੋਅਰ ਆ ਨਾ, ਇਟਸ ਲਾਈਕ ਅ ਫੈਮਿਲੀ ਮੈਂਬਰ, ਜੁੜਦੇ ਰਹਿਣਾ। ਔਰ ਮੈਂ ਹਰ ਇੱਕ ਨੂੰ ਟਰਾਈ ਕਰਦਾ ਕਿ ਹਰ ਇਨਸਾਨ ਨੂੰ, ਹਰ ਬੰਦੇ ਨੂੰ ਰਿਪਲਾਈ ਕਰਾਂ, ਕਿਉਂਕਿ ਠੀਕ ਹੈ ਯਾਰ ਆਪਾਂ, ਮੈਂ ਕੁਛ ਇੰਨਾ ਫੇਮਸ ਨਹੀਂ ਜਿੰਨਾ ਲੋਕੀ ਮੈਨੂੰ ਜਾਣਦੇ ਨੇ। ਹਜੇ ਵੀ ਆਪਣੀ ਵੈਸਟ ਦਿੱਲੀ ਦੇ ਵਿੱਚ ਮੈਂ ਨੋਰਮਲ ਆਪਣੀ ਬਾਈਕ ਸਕੂਟੀ 'ਤੇ ਘੁੰਮਦਾ, ਕਿਤੇ ਵੀ ਪੈਟਰੋਲ ਪਵਾ ਰਿਹਾ ਹੁੰਦਾ, ਕਿਤੇ ਵੀ ਕੁਛ ਨੋਰਮਲ, ਕਦੀ ਮੈਟਰੋ 'ਤੇ, ਕਦੀ ਈ ਰਿਕਸ਼ੇ 'ਤੇ ਵੀ ਜਾਂਦੇ ਹਾਂ, ਆਪਾਂ ਸੇਮ ਹੀ ਹਾਂ। ਬਟ ਜਦੋਂ ਲੋਕੀ ਮਿਲ ਕੇ ਫੋਟੋ ਖਿਚਾ ਕੇ, ਰੀਸੈਂਟਲੀ ਮੇਰੇ ਨਾਲ ਮੈਂ ਸਵੇਰੇ ਜਿਮ ਤੋਂ ਗਿਆ ਅਤੇ ਇੱਕ ਭਾਅ ਜੀ ਮਿਲੇ ਮੈਨੂੰ, ਮੈਂ ਉੱਧਰ ਪੈਟਰੋਲ ਪੰਪ 'ਤੇ, ਕਹਿੰਦੇ ਭਾਅ ਜੀ ਤੁਸੀਂ
ਸਕੂਟੀ ਤੇ ਡਰਾਈਵਰ ਨੀ ਰੱਖਿਆ ਹੋਇਆ, ਮੈਂ ਕਿਹਾ ਆਹ ਮੇਰਾ ਘਰ ਹੈ ਤੇ ਆਹ ਮੈਨੂੰ ਇੱਦਾਂ ਦਾ ਗਾਣਾ, ਤੇ ਇਹ ਚੀਜ਼ਾਂ ਬਹੁਤ ਵਧੀਆ ਲੱਗਦੀਆਂ ਨੇ ਤੇ ਮਿਹਨਤ ਇਹਦੇ ਪਿੱਛੇ ਭਾਜੀ ਬਹੁਤ ਜ਼ਿਆਦਾ ਮਿਹਨਤ ਕਰਨੀ ਪੈਂਦੀ ਹੈ ਕਿਉਂਕਿ ਇੱਕ ਇੱਕ ਚੀਜ਼ ਰਿਲੇਟ ਕਰਕੇ ਲੋਕਾਂ ਨੂੰ ਦੱਸਣਾ, ਠੀਕ ਹੈ ਫੈਨ ਬੰਦ ਕਰਕੇ ਵੀਡੀਓ ਬਣਾਉਣੀ ਗਰਮੀ ਅਗਰ ਹੋ ਰਹੀ ਹੈ, ਤੇ ਦੂਸਰੀ ਚੀਜ਼ ਫਿਰ ਬਾਰ ਬਾਰ ਦੇਖਣਾ ਕਿ ਲੋਕਾਂ ਨੂੰ ਪਸੰਦ ਆਏਗੀ ਨਹੀਂ ਆਏਗੀ, ਔਰ ਸਭ ਤੋਂ ਬੈਸਟ ਚੀਜ਼ ਕਿ ਰੋਜ਼ ਵੀਡੀਓ ਪਾਣੀ ਹੈ। ਤੁਸੀਂ ਸਵੇਰੇ ਉੱਠੋ ਤੁਹਾਨੂੰ ਰੋਟੀ ਮੰਮੀ ਰੋਟੀ ਪੁੱਛ ਰਹੀ ਹੁੰਦੀ ਹੈ ਮੈਨੂੰ, ਮੇਰੇ ਮਾਇੰਡ 'ਚ ਚੱਲ ਰਹੀ ਹੁੰਦੀ ਸੋ ਚੀਜ਼ਾਂ, ਅੱਜ ਬੰਦਿਆਂ ਨੂੰ ਮੈਂ ਕੀ ਦਿਖਾਵਾਂ, ਅੱਜ ਲੋਕਾਂ ਨੂੰ ਮੈਂ ਕੀ ਦਿਖਾਵਾਂ, ਔਰ ਉੱਪਰੋਂ ਦੀ ਪ੍ਰੈਸ਼ਰ ਲੋਕਾਂ ਦਾ ਕਿ ਭਾਜੀ ਅੱਜ ਬੋਹੇਮੀਆ ਪਾਓ, ਕਿਉਂਕਿ ਡਿਫਰੈਂਟ ਫੈਨਸ ਨੇ ਮੇਰੇ, ਬੋਹੇਮੀਆ ਵਾਲੇ ਵੱਖਰੇ ਨੇ, ਚਾਚਾ ਵਾਲੇ ਵੱਖਰੇ ਨੇ, ਮੇਰੇ ਪਾਪਾ ਜੀ ਵਾਲੇ ਕਰੈਕਟਰ ਵੱਖਰੇ ਨੇ, ਇੱਕ ਮੈਂ ਬਣਾਉਂਦਾ ਜੋ ਲੇਬਰ ਬਣਾਉਂਦੇ ਹਾਂ ਮੈਂ ਰਾਜ ਮਿਸਤਰੀ ਵਾਲੇ, ਉਹ ਵੱਖਰੇ ਨੇ, ਇੱਕ ਸਾਊਥ ਇੰਡੀਅਨ ਬੰਦਾ ਮੈਂ ਬਣਦਾ ਉਹ ਵੱਖਰੇ ਨੇ, ਅਤੇ ਹਰ ਇੱਕ ਦੀ ਡਿਫਰੈਂਟ ਆਡੀਅੰਸ, ਔਰ ਹਰ ਬੰਦੇ ਦਾ ਪ੍ਰੈਸ਼ਰ ਬਾਕ, ਉਸ ਤੋਂ ਬਾਅਦ ਫਿਰ ਮੈਂ ਸਭ ਨੂੰ ਰਿਪਲਾਈ, ਔਰ ਸਾਰਿਆਂ ਨੂੰ ਭਾਵੇਂ ਛੋਟਾ ਕਰਾਂ ਵੱਡਾ ਮੇਰਾ ਦਿਲ ਲੱਗਾ ਰਹਿੰਦਾ ਇਹਨਾਂ ਦੇ ਨਾਲ, ਸੀਰੀਅਸਲੀ ਦੱਸ ਰਿਹਾ, ਮੇਰਾ ਪਰਿਵਾਰ ਹੈ ਇਹਨਾਂ ਕਰਕੇ ਅਸੀਂ ਹੈ, ਅਤੇ ਮਿਹਨਤ ਤਾਂ ਭਾਜੀ ਬਹੁਤ ਲੱਗਦੀ ਹੈ ਸੀਰੀਅਸਲੀ। ਵਾਓ, ਲੇਕਿਨ ਭਾਜੀ ਇਹ ਤਾਂ ਗੱਲ ਹੋ ਗਈ ਤੁਹਾਡੀ ਔਨਗੋਇੰਗ ਸਕਸੈਸ ਦੀ, ਲੇਕਿਨ ਦਿੱਲੀ ਦਾ ਬੋਹੇਮੀਆ ਬਣਨ ਤੋਂ ਪਹਿਲਾਂ ਜੀਤ ਮਥਾਰੂ ਕੁਛ ਹੋਰ ਸੀ, ਇੱਕ ਆਮ ਆਦਮੀ, ਹਾਲੇ ਵੀ ਆਮ ਆਦਮੀ ਹੈ, ਲੇਕਿਨ ਉਸ ਵੇਲੇ ਜੀਤ ਮਥਾਰੂ ਨੂੰ ਉਹਦਾ ਯਾਰ ਦੋਸਤ ਜਾਣਦੇ ਸੀ, ਅੱਜ 300,000 ਫੋਲੋਅਰ ਜਾਣਦੇ ਨੇ, ਤੁਹਾਡੇ ਇੰਨੇ ਜ਼ਿਆਦਾ ਐਂਟਰਟੇਨਿੰਗ ਹੋਣ ਦੇ ਪਿੱਛੇ ਕੋਈ ਆਰਟਿਸਟ ਦੀ ਕੋਈ ਸਟੋਰੀ ਹੁੰਦੀ ਹੈ, ਤੁਹਾਡੀ ਲਾਈਫ ਦੀ ਟਰਨਿੰਗ ਪੁਆਇੰਟ, ਟਰਨਿੰਗ ਸਟੋਰੀ ਕੀ ਸੀ ਜਿਹੜੀ ਓਬਵੀਅਸਲੀ ਤੁਹਾਡੇ ਫੋਲੋਅਰਸ ਨੂੰ ਟਿਟਸ ਬਿਟਸ ਵਿੱਚ ਪਤਾ ਹੈ, ਲੇਕਿਨ ਅੱਜ ਜਾਣਨਾ ਚਾਹੁੰਦੇ ਹਾਂ ਕਿ ਉਹ ਜੀਤ ਮਥਾਰੂ ਕੀ ਹੈ ਜਿਹਨੂੰ ਅੱਜ ਜੀਤ ਮਥਾਰੂ ਅਸੀਂ ਨਹੀਂ ਜਾਣਦੇ, ਅਸੀਂ ਇੱਕ ਔਨ ਰੀਲ ਜੀਤ ਮਥਾਰੂ ਨੂੰ ਜਾਣਦੇ ਆ, ਹੂ ਇਜ਼ ਦ ਰੀਅਲ ਲਾਈਫ ਜੀਤ ਮਥਾਰੂ। ਭਾਜੀ ਮੈਂ ਬਹੁਤ ਇਮੋਸ਼ਨਲ ਬੰਦਾ, ਸੱਚੀ ਦੱਸ ਰਿਹਾ, ਮੈਂ ਬਹੁਤ ਜ਼ਿਆਦਾ ਇਮੋਸ਼ਨਲ ਬੰਦਾ, ਔਰ ਦੇਖਣ 'ਚ ਥੋੜ੍ਹਾ ਜਿਹਾ ਗੁੱਸੇ ਵਾਲਾ ਜ਼ਰੂਰ ਲੱਗਦਾ, ਕਿਉਂਕਿ ਰੱਬ ਨੇ ਸਾਨੂੰ ਇੱਕ ਬੋਥ ਮਾਰਕ ਦਿੱਤਾ ਵਿੱਚ ਇਜ਼ ਅ ਪਾਰਟ ਆਫ ਮਾਈ ਬੋਡੀ, ਕਈ ਲੋਕ ਇਹਦਾ ਮਜ਼ਾਕ ਉਡਾਉਂਦੇ ਨੇ, ਕਈ ਜਿਹਨਾਂ ਨੂੰ ਪਤਾ ਹੈ ਉਹ ਹੈ, ਅਤੇ ਫਸਟ ਪ੍ਰੈਫਰੈਂਸ ਲੋਕਾਂ ਦੀ ਜਦੋਂ ਮੈਨੂੰ ਮਿਲਦੇ ਸੀ ਸਕੂਲ ਟਾਈਮ 'ਚ ਵੀ ਜਾਂ ਕਾਲਜ ਟਾਈਮ 'ਚ, ਆਫਿਸ 'ਚ ਲੋਕ ਸੋਚਦੇ ਸੀ ਬੜਾ ਗੁੱਸੇ ਵਾਲਾ ਸਰਦਾਰ ਮੁੰਡਾ ਹੈਗਾ, ਬਟ ਨਹੀਂ, ਮੈਂ ਅੰਦਰੋਂ ਦੀ ਬਹੁਤ ਸ਼ਾਇ ਨੇਚਰ ਦਾ ਵੀ ਹਾਂ, ਅਤੇ ਆਪਣਾ ਕੀ ਕਹਿੰਦੇ ਹੈ ਬਹੁਤ ਪਿਆਰੇ ਦਿਲ ਦਾ ਬੰਦਾ, ਜਿਹਨੂੰ ਤੁਸੀਂ ਅਗਰ ਮੇਰੇ ਨਾਲ ਬੈਠੋਗੇ 10 ਮਿੰਟ ਮੈਂ ਤੁਹਾਡੇ ਨਾਲ ਆਪੇ ਆਪ ਬੋਲ ਪਾਵਾਂਗਾ, ਮੈਨੂੰ ਪਤਾ ਇੰਨਾ ਹੁੰਦਾ ਕਿ ਯਾਰ ਇਹ ਬੰਦਾ ਮੇਰੇ ਨਾਲ ਬੈਠਾ ਇੰਨਾ, ਜਾਂ ਤਾਂ ਮੈਂ ਕੁਛ ਸਿੱਖੀ ਉੱਠਾਂ ਜਾਂ ਕੁਛ ਇਹਨੂੰ ਸਿਖਾ ਕੇ ਉੱਠਾਂ, ਅਤੇ ਮੇਰੇ ਨਾਲ ਗੱਲ ਕਰਕੇ ਮੈਂ ਸੋਰਟ ਆਊਟ ਕਰ ਲੈਂਦਾ। ਅਤੇ ਰੀਅਲ ਜੀਤ ਮਠਾਰੂ ਬਿਲਕੁਲ ਜੀ, ਮੈਂ ਕਹਿ ਸਕਦਾ ਤੁਸੀਂ ਮੰਮਾਸ ਬੋਏ ਜਿੱਦਾਂ ਅੱਜ ਕੱਲ੍ਹ ਕਹਿੰਦੇ ਲੋਕ, ਸਾਰੇ ਨਵਾਂ ਵਰਡ ਸੁਣਿਆ, ਅਤੇ ਬਸ ਮਿਹਨਤ ਕਰ ਰਹੇ ਹਾਂ, ਮਿਹਨਤ ਚੱਲ ਰਹੀ ਹੈ, ਅਤੇ ਇਸ ਤੋਂ ਪਹਿਲਾਂ ਮੈਂ ਅੱਜ ਵੀ ਜਿੱਦਾਂ ਤੁਸੀਂ ਸਹੀ ਕਿ ਆਮ ਬੰਦੇ ਹੀ ਆਪਾਂ, ਇਸ ਤੋਂ ਪਹਿਲਾਂ ਮੈਂ ਇੱਕ ਸਟਰਗਲ ਕਰ ਰਿਹਾ ਸੀ, ਅੱਜ ਵੀ ਕਰ ਰਿਹਾ, ਰੱਬ ਜਾਣਦਾ ਕਦ ਤੱਕ ਕਰਦੇ ਰਹਾਂਗੇ, ਜੋਬ ਅਸੀਂ ਵੀ ਕਰਦੇ ਸੀ, ਹੁਣੇ ਵੀ ਕਰ ਰਿਹਾ, ਪਹਿਲੇ ਮੈਂ BPO ਸੈਕਟਰ ਵਿੱਚ ਸੀਗਾ, ਜਿੱਥੇ ਉਹ 9 to 6 ਦੀ ਜੋਬ ਹੁੰਦੀ ਸੀ, ਹੈੱਡਫੋਨ ਲਾ ਕੇ 2 ਘੰਟੇ ਕੈਬ 'ਚ ਜਾਣਾ, ਮਤਲਬ ਬੜੀ ਦਿੱਕਤ ਹੁੰਦੀ ਸੀ, ਪਰ ਠੀਕ ਹੈ, ਉਹ ਲਾਈਫ ਜ਼ਰੂਰੀ ਸੀ ਕਿਉਂਕਿ ਆਪਣਾ ਘਰ ਚਲਾਉਣਾ ਹੁੰਦਾ ਸੀ, ਇਹ ਲਾਈਫ ਵੀ ਜ਼ਰੂਰੀ ਹੈ, ਅਤੇ ਟਾਈਮ ਮੰਮੀ ਤੋਂ ਇਹ ਸਿੱਖਿਆ ਕਿ ਬੇਟਾ ਟਾਈਮ ਨਹੀਂ ਕਦੀ ਭੁੱਲਣਾ ਚਾਹੀਦਾ। ਦੈਟ ਵਾਜ਼ ਇਨਸਪਾਇਰਿੰਗ, ਬਹੁਤ ਜ਼ਿਆਦਾ ਇਨਸਪਾਇਰਿੰਗ ਸੀ, ਲੇਕਿਨ ਤੁਸੀਂ ਗੱਲ ਕੀਤੀ, ਤੁਸੀਂ 10ਵੀਂ ਤੋਂ ਬਾਅਦ ਕੰਮ ਕਰਨ ਲੱਗ ਗਏ ਸੀ, ਤੁਸੀਂ ਪੈਸੇ ਦੀ ਦੌੜ ਵਿੱਚ ਵੀ ਲੱਗ ਗਏ ਸੀ ਜਿਵੇਂ ਪੂਰੀ ਦੁਨੀਆ ਲੱਗੀ ਹੋਈ ਹੈ, ਕਿਉਂ 10ਵੀਂ ਤੋਂ ਬਾਅਦ, ਮਤਲਬ ਯੂ ਆਰ ਦ ਸੋਲ ਅਰਨਿੰਗ ਮੈਂਬਰ ਆਫ ਦ ਫੈਮਿਲੀ? ਹਾਂਜੀ ਸਰ, ਕਹਿ ਸਕਦੇ ਹੋ, ਕਿਉਂਕਿ ਮੈਂ ਔਰ ਮੇਰੀ ਸਿਸਟਰ ਆਪਾਂ 2 ਜਣੇ, ਅਤੇ ਮੇਰੇ ਫਾਦਰ ਐਕਸਪਾਇਰ ਹੋ ਗਏ ਸੀਗੇ 1996 ਵਿੱਚ, 8 June, ਆਈ ਸਟਿਲ ਰਿਮੈਂਬਰ, ਅਤੇ ਉਹ ਚੀਜ਼ ਮਤਲਬ ਮੇਰੇ ਵਾਸਤੇ ਕੀ, ਮਤਲਬ ਪੂਰੇ ਸਾਡੇ ਏਰੀਆ ਵਾਸਤੇ ਸ਼ੌਕਿੰਗ ਸੀ, ਕਿਉਂਕਿ ਮੇਰੇ ਫਾਦਰ, ਮੇਰੀ ਮੰਮੀ ਕਹਿੰਦੀ ਤੂੰ ਆਪਣੇ ਫਾਦਰ ਦੇ ਜੁੱਤੀ ਵਾਂਗੂ ਵੀ ਨਹੀਂ, ਕਿਉਂਕਿ ਉਹ ਬਹੁਤ ਚੁੱਪ ਚਾਪ ਰਹਿਣ ਵਾਲੇ, ਔਰ ਮੈਂ ਬਹੁਤ ਹੱਸਣ ਵਾਲਾ, ਹਸਾਉਣ ਵਾਲਾ ਲੋਕਾਂ ਨੂੰ। ਲੇਕਿਨ ਭਾਜੀ ਮੰਮੀ ਦੀ ਸਟਰਗਲ ਤਾਂ ਕਾਫੀ ਰਹੀ ਹੋਏਗੀ। ਮੈਂ ਮਤਲਬ ਔਨ ਕੈਮਰਾ ਮੈਂ ਅੱਜ ਤੱਕ ਦੱਸਿਆ ਨਹੀਂ, ਮੈਂ ਤੁਹਾਡੇ ਮਾਧਿਅਮ ਤੋਂ ਦੱਸ ਦਿੰਦਾ, ਮੇਰੇ ਫਾਦਰ ਜਦੋਂ ਐਕਸਪਾਇਰ ਹੋਏ ਸੀ ਤੇ ਛੱਤ ਤੋਂ ਡਿੱਗ ਗਏ ਸੀਗੇ, ਤੇ
ਮੰਮੀ ਨੇ ਦੱਸਿਆ ਕਿ ਕਿੱਦਾਂ ਉਹਨਾਂ ਨੇ ਉਹਨਾਂ ਨੂੰ ਪਿੱਕ ਕੀਤਾ ਸੀ ਪੂਰੀ ਰਾਤ, ਮੰਮੀ ਹੌਸਪੀਟਲ ਤੋਂ ਆਉਣ ਤੋਂ ਬਾਅਦ ਵੀ ਬਾਡੀ ਦੇ ਵਿੱਚ ਮਤਲਬ ਸਿਰ ਤੋਂ ਡੈਡੀ ਦੇ ਖੂਨ ਆ ਰਹੇ ਸੀ ਅਤੇ ਮੰਮੀ ਨੇ ਚੁੰਨੀ ਨਾਲ ਸਾਂਭ ਕੇ ਔਰ ਵਾਸ਼ਰੂਮ 'ਚ ਬਲੱਡ ਸਿੱਟਣਾ ਪੂਰਾ, ਮਤਲਬ ਉਹ ਮੰਜ਼ਰ ਮਤਲਬ ਮੇਰੇ ਅੱਖਾਂ ਦੇ ਸਾਹਮਣੇ ਮੈਨੂੰ ਨਹੀਂ ਪਤਾ ਲੱਗਿਆ ਕਿਉਂਕਿ ਮੈਂ 7 ਸਾਲ ਦਾ ਸੀ, ਮੇਰੀ ਫੈਮਿਲੀ ਨੇ ਮੈਨੂੰ ਬਾਅਦ 'ਚੋਂ ਦੱਸਿਆ ਔਰ ਜਿੱਦਾਂ ਜਿੱਦਾਂ ਲੋਕਾਂ ਤੋਂ ਸੁਣਦਾ। ਅਤੇ ਮੇਰੀ ਮੰਮੀ ਦੀ ਏਜ ਉਸ ਵੇਲੇ 28 ਸੀ, ਮੇਰੇ ਫਾਦਰ ਦੀ ਏਜ ਉਸ ਵੇਲੇ ਜਦੋਂ ਜਿੰਨੇ ਸਾਲ ਦਾ ਮੈਂ ਅੱਜ ਹਾਂ। ਅਤੇ ਇਹ ਚੀਜ਼ ਜੋ ਮੇਰੀ ਮੰਮੀ ਨੇ ਸਟਰਗਲ ਮੇਰੇ ਵਾਸਤੇ ਕੀਤੀ ਉਹ ਮੇਰੀ ਸਿਸਟਰ ਵਾਸਤੇ ਕੀਤੀ ਉਹ ਮੈਂ ਕਦੀ ਭੁੱਲ ਨਹੀਂ ਸਕਦਾ। ਹਾਂ, ਇਸ ਕਰਕੇ ਮੈਂ ਫਿਰ 12th ਤੋਂ ਬਾਅਦ ਹੀ ਜੋਬ ਕਰਨੀ ਸ਼ੁਰੂ ਕਰਤੀ ਸੀ ਅਤੇ ਮੇਰੀ ਦੀਦੀ ਨੇ ਵੀ। ਅਤੇ ਮੈਨੂੰ ਅੱਜ ਵੀ ਮੇਰੀ ਫਸਟ ਜੋਬ ਯਾਦ ਆ ਜਦੋਂ ਮੈਂ 2200 ਲੈਂਦਾ ਸੀ ਕਾਲ ਸੈਂਟਰ 'ਚ, ਮੈਕਡੋਨਲਡਸ ਦੇ ਆਪਾਂ ਡਿਲੀਵਰੀ ਸੈਕਸ਼ਨ 'ਚ ਕੰਮ ਕਰਦੇ ਸੀ। ਅਤੇ ਮੰਮੀ ਦੀ ਸਟਰਗਲ ਮੈਂ ਦੇਖੀ ਹੈ ਜਿੱਦਾਂ ਕਿ ਮੰਮੀ ਨੇ ਕੰਮ ਕੀਤਾ, ਹਾਲਾਂਕਿ ਮੇਰੇ ਫਾਦਰ ਪੁਲਿਸ 'ਚ ਸੀਗੇ, ਮੰਮੀ ਨੂੰ ਜੋਬ ਮਿਲ ਰਹੀ ਸੀ, ਬਟ ਮੰਮੀ ਨੇ ਇਸ ਕਰਕੇ ਛੱਡਤੀ ਸੀ ਕਿਉਂਕਿ ਮੈਂ ਛੋਟਾ, ਦੀਦੀ ਛੋਟੀ ਔਰ ਈਵਨ ਮੇਰੇ ਫਾਦਰ ਗ੍ਰੈਂਡ ਫਾਦਰ ਉਹਨਾਂ ਨੇ ਅੱਖਾਂ ਬਣਵਾਈਆਂ ਸੀ, ਮਤਲਬ ਓਪਰੇਸ਼ਨ ਕਰਵਾਇਆ, ਉਹ ਥੋੜ੍ਹੇ ਜ਼ਿਆਦਾ ਏਜ ਸੀ। ਮੇਰੇ ਡੈਡੀ ਦੇ ਜਾਣ ਤੋਂ ਬਾਅਦ, ਫਾਦਰ ਦੇ ਜਾਣ ਤੋਂ ਬਾਅਦ ਮੇਰੇ ਦਾਦਾ ਜੀ ਵੀ ਬਲਾਇੰਡ ਹੋ ਗਏ ਸੀ ਰੋ ਰੋ ਕੇ। ਅਤੇ ਮੰਮੀ ਨੇ ਕਿਹਾ ਮੇਰੇ 3 ਬੱਚੇ ਹੈ, ਅਤੇ ਮੈਂ ਇਹ ਵੀ ਚੀਜ਼ ਦੇਖੀ ਉਹਨਾਂ ਨੇ ਮੇਰੇ ਦਾਦਾ ਜੀ ਦੀ ਕਿੰਨੀ ਸੇਵਾ ਕੀਤੀ ਹੈ, ਦਾਦੀ ਦੀ ਕਿੰਨੀ ਸੇਵਾ ਕੀਤੀ ਹੈ। ਅਤੇ ਇਹ ਸਟਰਗਲ ਜਿਹੜਾ ਹੈ ਮੈਂ ਲਾਈਫ ਟਾਈਮ ਨਹੀਂ ਦੇਣਾ ਨਹੀਂ ਭੁੱਲ ਸਕਦਾ ਉਹਨਾਂ ਦਾ। ਸੋ ਤੁਹਾਨੂੰ ਬੜੇ ਪਿਆਰ ਨਾਲ ਕਹਿੰਦੇ ਦਿੱਲੀ ਦਾ ਬੋਹੇਮੀਆ, ਤੁਸੀਂ ਦੱਸਿਆ ਕਿ ਬੋਹੇਮੀਆ ਭਾਜੀ ਨੇ ਤੁਹਾਨੂੰ ਮੈਸੇਜ ਕੀਤਾ, ਉਹ ਫੀਲਿੰਗ ਬਹੁਤ ਆਊਟ ਆਫ ਦਾ ਵਰਲਡ ਸੀ, ਕਿੱਦਾਂ ਦੀ ਸੀ ਉਹ ਫੀਲਿੰਗ? ਤੇ ਇੱਕ ਵਾਰੀ ਸਾਡੇ ਵਾਸਤੇ ਪਲੀਜ਼ ਦਿੱਲੀ ਦਾ ਬੋਹੇਮੀਆ ਵੀ ਬਣ ਕੇ ਦਿਖਾ ਦਿਓ। ਬਿਲਕੁਲ ਭਾਜੀ, ਇਹ ਆ ਬੋਹੇਮੀਆ ਵੇ ਮੈਂ ਹੋ ਗਿਆ ਸੀ ਬਾਗੋ ਬਾਗ, ਉਸ ਵੇਲੇ ਸੀ ਪੰਜਾਬੀ ਬਾਗ, ਜਦੋਂ ਆਇਆ ਭਾਜੀ ਦਾ ਮੈਨੂੰ ਮੈਸੇਜ, ਭਾਜੀ ਨੇ ਕਿਹਾ ਇਹ ਜੀਤ ਯੂ ਆਰ ਡੂਇੰਗ ਵੈਲ ਐਂਡ ਪੈਰੀ ਫੋਨ ਟੂ ਮੋਮ। ਮਤਲਬ ਉਹ ਏਦਾਂ ਦਾ ਮੌਕਾ ਸੀ, ਮੈਂ ਤੁਹਾਨੂੰ ਪਹਿਲੇ ਵੀ ਦੱਸਿਆ ਕਿ ਮੈਂ ਰੋ ਪਿਆ ਅਤੇ ਮੈਨੂੰ ਬਿਲੀਵ ਨਹੀਂ ਹੋ ਰਿਹਾ ਸੀ। ਮੈਂ ਬਾਰ ਬਾਰ ਜਾ ਕੇ ID ਚੈੱਕ ਕਰ ਰਿਹਾ ਸੀ, ਮੈਂ ਮੈਸੇਜ ਉਹਨਾਂ ਦੇ ਚੈੱਕ ਕਰ ਰਿਹਾ ਸੀ। ਹੁਣ ਉਸ ਤੋਂ ਬਾਅਦ ਫਿਰ ਭਾਜੀ ਨੂੰ ਜਦੋਂ ਵੀ ਮੈਂ ਕਮੈਂਟ ਕਰਦਾ ਸੀ ਅਤੇ ਭਾਜੀ ਰਿਪਲਾਈ ਕਰਦੇ, ਅਤੇ ਹੁਣ ਲਾਸਟ ਜਦੋਂ ਭਾਜੀ ਨੇ ਮੇਰੇ ਵਾਸਤੇ ਇੰਨੀ ਵੱਡੀ ਚੀਜ਼ ਕੀਤੀ ਕਿ ਮੇਰੀ ਵੀਡੀਓ ਚੱਕ ਕੇ ਉਹਨਾਂ ਨੇ ਆਪਣੇ ਇੰਸਟਾ ਸਟੋਰੀ 'ਤੇ ਲਾਤੀ, ਅਤੇ ਉੱਧਰੋਂ ਦੀ ਫਿਰ ਮੈਂ ਕਮੈਂਟ ਪੜ੍ਹਦਾ ਸੀ ਕਿ ਲੋਕ ਲਿਖਦੇ ਸੀ ਥੱਲੇ ਆ ਕੇ ਕਿ ਕੌਣ ਕੌਣ ਬੋਹੇਮੀਆ ਕੀ ਵੀਡੀਓ ਦੇਖ ਕਰ ਆਇਆ, ਸਟੋਰੀ ਦੇਖ ਕਰ ਆਇਆ। ਅਤੇ ਬਹੁਤ ਅੱਛੀ ਚੀਜ਼ ਲੱਗਦੀ ਹੈ। ਸੇਮ ਗੋਸ ਟੂ ਕਪਿਲ ਸ਼ਰਮਾ ਭਾਜੀ, ਉਹ ਵੀ ਕਾਮੇਡੀ ਦੇ ਮਤਲਬ ਰੱਬ ਨੇ ਸਾਡੇ ਵਾਸਤੇ, ਤੇ ਜਦੋਂ ਉਹਨਾਂ ਦਾ ਵੀ ਮੈਸੇਜ ਆਉਂਦਾ ਤੇ ਗੱਲ ਹੁੰਦੀ ਹੈ ਇੰਸਟਾ ਤੇ, ਤੇ ਮਤਲਬ ਮੇਰੇ ਵਾਸਤੇ ਦੋਨੋਂ ਇੱਕੋ ਵਰਗੇ। ਭਾਈ ਤਾਂ ਲੈਜੈਂਡ ਨੇ ਵੈਸੇ। ਬਿਲਕੁਲ ਜੀ। ਬਟ ਤੁਹਾਨੂੰ ਹੁਣ ਜਦ ਘਰੋਂ ਬਾਹਰ ਨਿਕਲਦੇ ਹੋ, ਡਿਨਰਸ ਤੇ ਜਾਂਦੇ ਹੋ, ਸ਼ਾਪਿੰਗ ਤੇ ਜਾਂਦੇ ਹੋ, ਹੁਣ ਮੈਂ ਕਦੇ ਤੁਹਾਡੀ ਸ਼ਾਇਦ ਕੋਈ ਵੀਡੀਓ ਦੇਖੀ ਸੀ, ਸਟੋਰੀ ਦੇਖੀ ਸੀ, ਤੁਸੀਂ ਕਿਸੇ ਸੋਸਾਇਟੀ ਦੇ ਫੰਕਸ਼ਨ ਤੇ ਗਏ ਸੀ ਤੇ ਬੱਚੇ ਕਹਿੰਦੇ ਸੀ ਜੀਤ ਮਥਾਰੂ ਆ ਗਿਆ, ਜੀਤ ਮਥਾਰੂ ਆ ਗਿਆ, ਤੇ ਉਹ ਕਿੱਦਾਂ ਦੀ ਲੱਗਦੀ ਹੈ ਉਹ ਫੇਮ ਉਨ ਕੈਰੈਕਟਰਸ ਦੇ ਵਾਸਤੇ ਜੋ ਜ਼ਿੰਦਗੀ ਚ ਐਗਜ਼ਿਸਟ ਹੀ ਨਹੀਂ ਕਰਦੇ, ਤੁਸੀਂ ਕ੍ਰੀਏਟ ਕੀਤੇ? ਬਿਲਕੁਲ ਬਿਲਕੁਲ ਭਾਜੀ, ਪਤਾ ਕੀ ਹੈ, ਮੈਂ ਜਿੱਦਾਂ ਦੱਸਿਆ ਮੇਰੀ ਆਡੀਅੰਸ ਮੈਨੂੰ ਰਾਤੀ 8-9 ਵਜੇ ਤੋਂ ਬਾਅਦ ਨਾ ਮਤਲਬ ਮੈਸੇਜਸ ਆਣੇ ਸ਼ੁਰੂ ਹੋ ਜਾਂਦੇ ਨੇ ਜਾਂ ਕਾਲ ਆਣੇ ਸ਼ੁਰੂ ਹੋ ਜਾਂਦੇ, ਮੈਂ ਫੋਨ ਚੱਕਾਂਗਾ ਤੇ ਬੱਚਾ ਬੋਲ ਰਿਹਾ ਓਏ ਬੋਹੇਮੀਆ, ਉਹ ਬੋਹੇਮੀਆਂ, ਪਤਾ ਲੱਗਦਾ ਆਪਣੀ ਮੰਮੀ ਦੇ ਜਾਂ ਫਾਦਰ ਦੇ ਅਕਾਊਂਟ ਤੋਂ ਉਹ ਕਾਲ ਕਰ ਲੈਂਦੇ। ਤੇ ਔਰ ਜਦੋਂ ਬਾਹਰ ਕੋਈ ਮਿਲਦਾ ਹੈ, ਲਾਈਕ ਕੋਈ ਵੀ ਮੀਟ ਐਂਡ ਗ੍ਰੀਟ ਹੁੰਦੀ ਹੈ, ਤੇ ਭਾਜੀ ਫੀਲਿੰਗ ਮੈਂ ਦੱਸ ਨਹੀਂ ਸਕਦਾ ਤੁਹਾਨੂੰ। ਮਤਲਬ ਮੈਂ ਵੀ ਇੱਕ ਟਾਈਮ ਸੀਗਾ ਹਰ ਇੱਕ ਨਾਲ ਫੋਟੋ ਖਿਚਾਣੀ ਜਾ ਕੇ ਸਟੈਂਡ ਅਪ 'ਚ ਵਿੱਚ, ਜਦੋਂ ਵੱਡੇ ਵੱਡੇ ਆਰਟਿਸਟ ਨੂੰ ਮਿਲਦੇ ਸੀ ਆਪਾਂ, ਅੱਜ ਲੋਕ ਮੇਰੇ ਨਾਲ ਔਰ ਮੇਰੀ ਮੰਮੀ ਨਾਲ ਮਿਲ ਕੇ ਫੋਟੋ ਖਿਚਾਉਂਦੇ, ਤੇ ਮੈਨੂੰ ਦਿਲੋਂ ਸੱਚੀ ਬੜਾ ਹੀ ਮਜ਼ਾ ਆਉਂਦਾ। ਔਰ ਮੈਂ ਇਸ ਕਰਕੇ ਮੈਂ ਜ਼ਿਆਦਾਤਰ ਅਗਰ ਕਿਤੇ ਰਸਤੇ 'ਚ ਗੱਡੀ 'ਚ ਵੀ ਜਾਣਾ ਹੋਏਗਾ ਤਾਂ ਮੈਂ ਸਕੂਟੀ ਆਪਣੀ ਬਾਈਕ 'ਤੇ ਚਲਾ ਜਾਂਦਾ ਕਿ ਯਾਰ ਚੱਲ ਲੋਕ ਮਿਲਦੇ ਨੇ, ਔਰ ਬੜਾ ਹੀ ਅੱਛੀ ਚੀਜ਼ ਲੱਗਦੀ। ਔਰ ਮੇਰੀ ਮੰਮੀ ਤਾਂ ਇੰਨੀ ਪਿਆਰੀ ਹੈ, ਅਗਰ ਕੋਈ ਮਿਲੇਗਾ ਵੀ ਨਾ ਤੇ ਹੋਰ ਦਿਲ ਦੀ ਗੱਲਾਂ ਖੋਲ ਕੇ ਪੈ ਜਾਵੇ, ਹੋਰ ਪੁੱਤ ਕਿੱਥੇ ਰਹਿੰਦੇ ਹੋ ਤੁਸੀਂ, ਇਹ ਹੈ ਹੋਰ ਸਭ ਠੀਕ ਠਾਕ, ਮਤਲਬ ਦਿਲ ਦੀਆਂ ਗੱਲਾਂ ਚੱਲਦੀਆਂ। ਅਤੇ ਮੰਮੀ ਨਾਲ ਤੇ ਮੈਨੂੰ ਕੋਈ ਮੈਸੇਜ ਲਾਸਟ, ਮੈਂ ਰੀਸੈਂਟਲੀ ਮੈਨੂੰ ਕਿਸੇ ਮੈਮ ਦਾ ਕਾਲ ਆਇਆ, ਉਹਨਾਂ ਦੀ ਮਦਰ ਨਹੀਂ ਸੀਗੀ, ਤੇ ਜ਼ਿਆਦਾਤਰ ਮੈਨੂੰ ਲੋਕ ਫੋਨ ਕਰਦੇ ਨੇ ਕਿ ਮੰਮੀ ਨਾਲ ਗੱਲ ਕਰਾ ਦਿਓ, ਜੋ ਮੰਮੀ ਨਾਲ ਅਟੈਚ ਨਹੀਂ ਆ, ਬਾਹਰ ਰਹਿੰਦੇ ਨੇ, ਮਾਂ ਨਹੀਂ ਮਿਲ ਸਕਦੇ ਮਾਵਾਂ ਨੂੰ। ਇੱਕ ਦੀਦੀ ਦਾ ਫੋਨ ਆਇਆ, ਕਹਿੰਦੇ ਜੀਤ ਮੈਨੂੰ ਮੰਮੀ ਨਾਲ ਗੱਲ ਕਰਾ ਦੇਣਾ। ਮੈਂ ਕਿਹਾ ਠੀਕ ਹੈ। ਮੈਂ ਇੱਕ ਦਿਨ ਮੰਮੀ ਦੇ ਫੋਨ ਤੋਂ
ਉਹਨਾਂ ਦਾ ਨੰਬਰ ਦਿੱਤਾ, ਮੈਂ ਮੰਮੀ ਦੇ ਫੋਨ ਤੋਂ ਉਹਨਾਂ ਦੀ ਗੱਲ ਕਰਾ ਦਿੱਤੀ। ਅਤੇ ਥੋੜ੍ਹੇ ਦਿਨ ਬਾਅਦ ਮੈਂ ਘਰ ਆਇਆ ਆਫਿਸ ਤੋਂ, ਅਤੇ ਮੰਮੀ ਨੋਰਮਲੀ ਕਿਸੇ ਨਾਲ ਫੋਨ 'ਤੇ ਲੱਗੀ, ਮੈਨੂੰ ਲੱਗਾ ਮੇਰੀ ਸਿਸਟਰ ਨਾਲ ਹੋਏਗੀ। 15-20 ਮਿੰਟ ਬਾਅਦ ਮੈਂ ਜਦੋਂ ਪਾਣੀ ਮੰਗਿਆ, ਮੰਮੀ ਕਹਿੰਦੀ 1 ਮਿੰਟ ਰੁਕ ਜਾ, ਫੋਨ ਕੱਟ ਕੇ ਮੰਮੀ ਨੇ ਦੱਸਿਆ ਕਿ ਉਹੀ ਕੁੜੀ ਸੀਗੀ। ਅਤੇ ਮੈਂ ਕਿਹਾ ਯਾਰ ਤੁਸੀਂ ਲੱਗੇ ਹੋਏ ਗੱਲਾਂ ਮਾਰਨ 'ਤੇ, ਠੀਕ ਹੈ ਉਹਨਾਂ ਦਾ ਆਪਣਾ ਨੇਚਰ ਹੈ, ਉਹਨਾਂ ਨੂੰ ਜਿਸ ਚੀਜ਼ 'ਚ ਖੁਸ਼ੀ ਮਿਲਦੀ ਹੈ ਮੈਂ ਕਦੇ ਨਹੀਂ ਟੋਕਦਾ, ਸਾਫ ਸਿੱਧੀ ਜੀ ਗੱਲ ਹੈ। ਅਤੇ ਫੈਨਸ ਨਾਲ ਮਿਲ ਕੇ ਤਾਂ ਮੈਨੂੰ ਤਾਂ ਸੱਚੀ ਬੜਾ ਮਜ਼ਾ ਆਉਂਦਾ, ਸੀਰੀਅਸਲੀ ਬੱਚਿਆਂ ਨਾਲ ਮਿਲ ਕੇ। ਔਰ ਈਵਨ ਕਿ ਮੈਨੂੰ ਹੁਣ ਥੋੜ੍ਹੇ ਦਿਨ ਪਹਿਲੇ ਕੋਈ ਬਜ਼ੁਰਗ ਵੀ ਮਿਲੇ ਪਾਰਕ 'ਚ ਬੈਠੇ ਹੋਏ ਸੀ, ਕਹਿੰਦੇ ਬੇਟਾ ਤੁਹਾਡੀ ਵੀਡੀਓ ਦੇਖੀ ਹੈ। ਸੋ ਵਿਚ ਇਜ਼ ਲਾਈਕ ਕਿ ਯਾਰ ਹਰ ਜਨਰੇਸ਼ਨ ਦਾ ਬੰਦਾ ਦੇਖ ਰਿਹਾ ਮੈਨੂੰ, ਅਤੇ ਬਹੁਤ ਹੀ ਜ਼ਿਆਦਾ ਫੀਲਿੰਗ ਅੱਛੀ ਹੁੰਦੀ ਹੈ। ਪਰਜੀਤ, ਇੱਕ ਵੀਡੀਓ ਨੂੰ ਬਣਾਉਣ ਵਾਸਤੇ, ਉਹਨੂੰ ਕਨਸੈਪਚੁਅਲਾਈਜ਼ ਕਰਨ ਵਾਸਤੇ ਸੀ, ਸਾਨੂੰ ਸਿਰਫ 30 ਸੈਕਿੰਡ ਲੱਗਦੇ ਇੱਕ ਰੀਲ ਨੂੰ ਦੇਖਣ ਵਾਸਤੇ, ਹੈ ਨਾ। ਜੀਤ ਦੀ ਵੀਡੀਓ ਇਹ ਚਲੋ ਦੇਖ ਲਈ, ਲੇਕਿਨ ਜੀਤ ਦੀ ਉਹ ਵੀਡੀਓ ਨੂੰ ਬਣਾਉਣ ਵਾਸਤੇ ਕਿੰਨੀ ਮਿਹਨਤ, ਸਕ੍ਰਿਪਟਿੰਗ, ਕਨਸੈਪਚੁਅਲਾਈਜ਼ੇਸ਼ਨ, ਕਿੰਨੀ ਮਿਹਨਤ ਲੱਗਦੀ ਹੈ ਸਰ? ਜਿੰਨੀ ਤੁਸੀਂ ਸਮਝ ਲਓ ਸਰ, ਸਟਾਰਟਿੰਗ 'ਤੇ ਮੈਂ ਬਿਨਾਂ ਸਕ੍ਰਿਪਟ ਤੋਂ, ਹੁਣ ਸਕ੍ਰਿਪਟ ਵੀ ਸੋਚਣੀ ਪੈਂਦੀ ਹੈ, ਕਦੀ ਕੋਈ ਪੇਡ ਪ੍ਰਮੋਸ਼ਨ ਹੋਏ ਉਹਦੇ ਵਾਸਤੇ ਸਪੈਸ਼ਲ ਸਕ੍ਰਿਪਟ ਸੋਚਣੀ ਪੈਂਦੀ ਹੈ, ਰਾਈਮਿੰਗ ਸੋਚਣਾ ਵਿੱਚ ਇਜ਼ ਵਨ ਆਫ ਦ ਬਿਗੈਸਟ ਥਿੰਗ। ਲੋਕ ਮੇਰੀ ਰਾਈਮਿੰਗਸ ਨੂੰ ਕਹਿੰਦੇ ਕਿ ਯਾਰ ਰਾਈਮਿੰਗ ਅੱਛੀ ਕਰਦਾ, ਹਰ ਚੀਜ਼ ਨੂੰ ਇੱਕ ਤਰੀਕੇ ਨਾਲ ਪਿਰੋਣਾ, ਉਹ ਚੀਜ਼ ਬਹੁਤ ਮੈਟਰ ਕਰਦੀ ਹੈ। ਅਤੇ ਓਬਵੀਅਸਲੀ ਤੁਸੀਂ ਕੰਮ ਕੋਈ ਵੀ ਕਰੋਗੇ, ਅੱਜ ਆਪਾਂ ਇਹਦਾ ਇੰਟਰਵਿਊ ਕਰ ਰਹੇ, ਕਾਫੀ ਦੇਰ ਤੋਂ ਇਹਦਾ ਸੈਟਅਪ ਚੱਲ ਰਿਹਾ, ਹਰ ਬੰਦੇ ਨੇ ਮਿਹਨਤ ਕੀਤੀ ਹੈ, ਅਤੇ ਕੋਈ ਵੀ ਚੀਜ਼ ਤੁਸੀਂ ਕਰ ਰਹੇ ਹੋ ਉਹਦੇ ਵਿੱਚ ਮਿਹਨਤ ਲੱਗੇਗੀ, ਉਹ ਮਿਹਨਤ ਨਹੀਂ ਕਰੋਗੇ ਤਾਂ ਫਿਰ ਰੱਬ ਵੀ ਸਫਲ ਨਹੀਂ ਕਰਦਾ, ਮਿਹਨਤ ਕਰੋਗੇ ਤਾਂ ਕਿਤੇ ਵੀ ਜਾ ਸਕਦੇ ਹੋ ਤੁਸੀਂ। ਅਤੇ ਯੈਸ, ਅਫਕੋਰਸ ਇੱਥੇ ਮੈਨੂੰ ਫਨੀ ਪਾਰਟ ਹੈ, ਮੈਂ ਦੱਸਣ ਲੱਗਾ ਕਿ ਲਾਈਕ ਜਿੱਦਾਂ ਆਫਟਰ ਮੈਰਿਜ ਆਫਟਰ ਮਾਈ ਬੇਬੀ, ਲਾਈਕ ਤੋ ਮੈਨੂੰ ਹੁਣ ਜ਼ਿਆਦਾ ਮੇਰੀ ਮਿਹਨਤ ਲੱਗਦੀ ਹੈ, ਕਿਉਂਕਿ ਪਹਿਲੇ ਮੈਂ ਕੁਆਰਾ ਸੀ ਅਤੇ ਲਾਈਕ ਜੋ ਵੀ, ਅਤੇ ਵੀਡੀਓ ਬਣਾਈ ਅਤੇ ਬਣਾ ਕੇ ਨਿਕਲ ਗਏ, ਹੁਣ ਲਾਈਕ ਆਈ ਹੈਵ ਅ ਟਵਿੰਸ, ਅਤੇ ਉਹ ਹੁਣ ਇੱਧਰ ਮੈਂ ਵੀਡੀਓ ਬਣਾ ਰਹਾਂਗੇ, ਇੱਥੇ ਮੇਰਾ ਡਾਇਲੋਗ ਸ਼ੁਰੂ ਹੋ ਰਿਹਾ, ਮੈਂ ਸਭ ਨੂੰ ਸੈਟਲ ਕਰ ਦਾਂਗਾ, ਕੈਮਰੇ ਔਨ, ਓਕੇ, ਲਾਈਟਸ ਔਫ, ਲਾਈਟ ਔਨ, ਫੈਨ ਔਫ, ਠੀਕ ਹੈ, ਮੈਂ ਸਾਰੇ ਚੁੱਪ ਹੋ ਜਾਓ, ਸਾਰੇ ਚੁੱਪ। ਹੁਣ ਉਹ ਛੋਟਾ, ਉਹਨੂੰ ਕੀ ਸਮਝਾਵਾਂ, ਇੱਥੇ ਮੈਂ ਕਹਿ ਰਿਹਾ ਇਹ ਬੋਹੇ ਵੀ ਹੈ, ਉੱਥੋਂ ਦੀ ਉਹਦੀ ਆਵਾਜ਼ ਆਉਂਦੀ, ਵੋਕਰ 'ਤੇ ਬੈਠਾ ਉਹਨੇ ਚਲਾਤਾ, ਜੋਨੀ ਜੋਨੀ, ਜਦ ਤੱਕ ਜੋਨੀ ਜੋਨੀ ਚੱਲਦਾ ਬੋਹੇ ਵੀ ਇੱਦਾਂ ਹੀ ਖੜਾ। ਸੋ ਇਟਸ ਵੈਰੀ ਡਿਫੀਕਲਟ, ਬਾਕੀ ਲਾਈਕ ਕੰਮ ਹੈ ਅਤੇ ਕਰਨਾ ਹੈ ਅਤੇ ਬਹੁਤ ਮਿਹਨਤ ਹੈ, ਅਤੇ ਵਾਹਿਗੁਰੂ ਬਸ ਇਹ ਮਿਹਨਤ ਦੇਈ ਜਾਏ ਸਾਨੂੰ, ਆਪਾਂ ਕਰੀ ਜਾਵਾਂਗਾ ਤੁਹਾਡੇ ਸਾਰਿਆਂ ਵਾਸਤੇ। ਤੇ ਜਿਵੇਂ ਕਿ ਅਸੀਂ ਸਾਰੇ ਜਾਣਦੇ ਹਾਂ, ਜੀਤ ਮਥਾਰੂ ਸ਼ਰਾਰਤੀ ਟਾਈਪ ਦਾ ਬੰਦਾ ਹੈ, ਬਹੁਤ ਜ਼ਿਆਦਾ, ਹੈ ਨਾ। ਤੇ ਹੁਣ ਅਸੀਂ ਕਰਨ ਜਾ ਰਹੇ ਹਾਂ ਪਹਿਲੀ ਵਾਰੀ ਟੀਵੀ ਹਿਸਟਰੀ 'ਚ ਇੱਕ ਲਾਈਵ ਪ੍ਰੈਂਕ। ਜੀਤ ਭਾਜੀ, ਰੇਡੀਓ ਤੁਸੀਂ? ਮੈਂ ਰੇਡੀਓ ਹਾਂ ਜੀ। ਅੱਛਾ, ਕਿਹਨੂੰ ਅਸੀਂ ਕਹਿ ਲਓ ਰੇਡੀਓ ਦਾ ਮੁਰਗਾ ਬਣਾਉਣਾ ਜਾਂ ਬੱਕਰਾ ਬਣਾਉਣਾ, ਜਾਂ ਫਿਰ ਕਿਹੜੇ ਤੁਹਾਡੇ ਫਰੈਂਡ ਦੇ ਉੱਤੇ ਆਪਾਂ ਪ੍ਰੈਂਕ ਕਰਨ ਜਾ ਰਹੇ ਹਾਂ? ਯਾਰ ਆਪਣੇ ਭਰਾ ਜੀ ਨੇ ਵੱਡੇ, ਉਹ ਸਾਰਿਆਂ ਨੂੰ ਪ੍ਰੈਂਕ ਕਰਦੇ ਰਹਿੰਦੇ, ਉਹਨਾਂ ਦਾ ਨਾਂ ਤੁਸੀਂ ਸੁਣਿਆ ਹੈਗਾ ਤੈਲਕਾ ਪ੍ਰੈਂਕ। ਅੱਛਾ, ਤੇ ਉਹਨਾਂ ਨੂੰ ਕਦੀ ਵੀ ਮੈਂ ਫੋਨ ਕਰਦਾ ਕੋਈ ਹੈਲਪ ਚਾਹੀਦੀ ਹੈ, ਉਹ ਮੈਨੂੰ ਪੁੱਛਦੇ ਰਹਿੰਦੇ ਨੇ, ਤੇ ਅੱਜ ਮੈਂ ਪਹਿਲੀ ਵਾਰ ਟਰਾਈ ਕਰ ਰਿਹਾ, ਬਸ ਉਮੀਦ ਹੈ ਉਹਨਾਂ ਦਾ ਫੋਨ ਲੱਗ ਜਾਏ, ਕਿਉਂਕਿ ਉਹ ਹਮੇਸ਼ਾ ਸ਼ੂਟ 'ਚ ਬਿਜ਼ੀ ਹੁੰਦੇ ਆ। ਲੇਕਿਨ ਕੀ ਲੱਗਦਾ ਉਹ ਪ੍ਰੈਂਕ ਹੋ ਪਾਣਗੇ ਤੁਹਾਡੇ ਕੋਲੋਂ? ਯਾਰ ਦੇਖੋ, ਮੇਰਾ ਕੰਮ ਹੈ ਲੋਕਾਂ ਨੂੰ ਫਸਾਉਣਾ, ਜੇ ਨਾ ਫਸਾ ਪਾਇਆ ਫਿਰ ਜੀਤ ਮਠਾਰੂ ਕਾ ਤਾਂ ਲੈਟਸ ਸੀ, ਬਾਕੀ ਦੇਖਦੇ। ਚਲੋ ਜੀ, ਦੇਖਦੇ ਹਾਂ ਭਾਜੀ ਕਿਵੇਂ ਪ੍ਰੈਂਕ ਕਰਦੇ ਨੇ ਤਹਿਲਕਾ ਪ੍ਰੈਂਕਸ ਵਾਲਿਆਂ ਨੂੰ। ਠੀਕ ਹੈ ਜੀ, ਆ ਲਾਤਾ ਮੈਂ ਫੋਨ, ਹੋਪ ਸੋ ਫੋਨ ਚੱਕ ਲੈਣਾ। ਸੋ ਹੈਲੋ, ਹਾਂ ਜੀ ਭਾਜੀ, ਉਹ ਇਧਰ ਸੇ ਲੈਫਟ ਮੁੜ ਗਿਆ ਹੂੰ, ਆ ਰਹਾ ਹੂੰ। ਕਹਾਂ ਸੇ ਮੁੜ ਗਏ ਹੋ? ਇਹ ਧੋਲੀ ਪਿਆ ਹੂੰ ਹੈ, ਧੋਲੀ ਪਿਆ ਹੂੰ। ਭਾਜੀ ਕਹਾਂ ਫੋਨ ਲਗਾਇਆ ਆਪਨੇ? ਭਾਜੀ ਮੈਂ ਜੀਤ ਬੋਲ ਰਹਾ ਹੂੰ ਯਾਰ, ਕੈਸੀ ਬਾਤ ਹੈ ਯਾਰ? ਭਾਜੀ ਤੈਲਕਾ ਭਾਈ ਬਾਤ ਕਰ ਰਹਾ ਹੂੰ, ਕਹਾਂ ਫੋਨ ਲਗਾਇਆ ਆਪਨੇ? ਆਪ ਹੀ ਕੋ ਲਗਾਇਆ ਯਾਰ, ਆਪਕਾ ਨੰਬਰ ਸਬਸੇ ਉਪਰ ਸੇਵ ਹੈ। ਅਰੇ ਵੋ ਤੋ ਮੇਰੇ ਕੋ ਪਤਾ ਹੈ ਭਾਜੀ, ਲੇਕਿਨ ਕਿਸ ਮੈਟਰ ਪੇ ਬਾਤ ਕਰਨੀ ਹੈ, ਇਹ ਮੈਟਰ ਕਿਆ ਹੈ, ਕਹਾਂ ਬੋਲ ਰਹੇ ਹੋ ਆਪ? ਆਪਕੋ ਯਾਦ ਹੈ ਸੁਬਹ ਮੈਨੇ ਕਿਆ ਬੋਲਾ ਥਾ, ਘਰ ਆਊਂਗਾ ਮਿਠਾਈ ਕਾ ਡੱਬਾ ਲੈ ਕੇ, ਆਪਕੀ ਸ਼ਾਦੀ ਕੀ ਬਾਤ ਕਰਨੀ ਹੈ ਮੇਰੇ ਕੋ। ਭਾਜੀ ਚਾਰਾ ਡਰਿੰਕ ਕਰ ਲਈ ਕਿਆ?
शट अप, मेरी बात सुनो, बड़ा भाई छोटे भाई को शट अप बोलता अच्छा लगता है। मैं आपसे छोटा हूँ, आज पहली बार शट अप बोल रहा हूँ। एक छोटी सी बात बता रहा हूँ, धोली ब्याह से लेफ्ट हो गया, अब मैं चला गया रिंग रोड, पीवीआर से समोसे ले लिए हैं, करोल बाग से पैक करा लिए हलवाई, पूरा हलवाई पैक कराया आधा किलो का। अब बता रहा किधर आना है दारू नहीं पी तो तुम्हारे को पता मेरी मम्मी मारती पाजी मेरी अच्छा मेरी बात सुनो, तिलक नगर फ्लाईओवर के नीचे दो समोसे ले लिए, 20 रुपए दे जाओ इसको, इसको दे दो 30 रुपए, दो समोसे वाले को मारपीट भेजो उसका। एक सेकंड भैया, अपना बार भी भेज दो और कोट भी भेज दो भैया को। कोट क्या करोगे, आपके पास इतने सारे कोट है यार। पाजी आपने बहुत ज्यादा गंदा ना, मैं पाजी मेरी बात सुनो, आपको पता मेरी मेरी मम्मी पता है आपको मेरे को मारती, अगर मैं गंदे काम करूँ तो मैं शराब नहीं पीता। अभी मैंने लस्सी पी ली है, 2 गिलास छोले भटूरे खा लिए, मैं पागल हो गया हूँ। लस्सी पी के नशा कर लिया यार, आपको पता नहीं भाई लस्सी पी के नशा हो जाता है। अरे नहीं यार पाजी, किसी टीवी इंटरव्यू में बैठा था, पाजी ने बोला जो एंकर है कि किसी से प्रैंक करना, मेरे माइंड में एक ही बात आया, मैं कहा जो प्रैंक सबदा करता सी उन्हें पढ़ांगे। फिर इन्हें भी छेती बुलाई जाओ, वो देख लो आपको भी इनविटेशन आ रहा बड़ी जल्दी, ठीक है। अच्छा जी, हाँ जी ठीक है पाजी, लव यू, थैंक यू, ओके ओके। वही वाह, दैट वाज जीत मथारू, बैठे बैठे जेडे बंदे लोका दा प्रैंक कर देने ਉਹਨਾਂ ਦਾ ਪ੍ਰੈਂਕ ਕਰਤਾ। ਲੇਕਿਨ ਭਾਜੀ ਸੋਸ਼ਲ ਮੀਡੀਆ ਤਾਂ ਇੱਕ ਇਹੋ ਜਿਹਾ ਟੂਲ ਹੈ, ਜੇ ਤੁਹਾਡੀ ਇੱਕ ਵੀਡੀਓ ਚੜ ਗਈ ਤਾਂ ਮਤਲਬ ਸਮਝੋ ਤੁਹਾਡੀ ਗੁੱਡੀ ਚੜ ਗਈ। ਬਿਲਕੁਲ, ਜੇ ਇੱਕ ਵੀਡੀਓ ਤੇ ਵੀ ਤੁਸੀਂ ਇਹੋ ਜਿਹਾ ਕੰਟੈਂਟ ਪਾਤਾ ਕਿ 5 ਬੰਦਿਆਂ ਨੂੰ ਪਸੰਦ ਨਹੀਂ ਆਇਆ, ਉਹਨਾਂ ਨੇ 100 ਬੰਦੇ ਟੈਗ ਕਰਤੇ ਤੇ ਉੱਥੇ ਗਾਲਾਂ, ਅਬਿਊਜ਼ਸ, ਟ੍ਰੋਲਸ, ਸਭ ਕੁਝ ਹੁੰਦਾ ਹੈ, ਬਹੁਤ ਹੁੰਦਾ ਭਾਜੀ। ਕਦੇ ਕੋਈ ਏਦਾਂ ਦੀ ਵੀਡੀਓ ਜਿਹਦੇ ਥੱਲੇ ਕਿਸੇ ਆਡੀਅੰਸ ਨੇ ਕੁਝ ਲਿਖਤਾ ਹੋਵੇ ਤੁਹਾਨੂੰ ਲੱਗੇ ਨਹੀਂ ਯਾਰ ਮੈਂ ਰਿਗਰੈਟ ਕਰ ਰਿਹਾ, ਮੈਂ ਵੀਡੀਓ ਨਹੀਂ ਪਾਉਣੀ ਚਾਹੀਦੀ ਸੀ। ਭਾਜੀ ਦੇਖੋ, ਕੋਈ ਵੀ ਆਰਟਿਸਟ ਕੁਝ ਵੀ ਗਲਤੀ ਨਾ ਨਹੀਂ ਕਰਦਾ, ਮਤਲਬ ਜਾਣ ਕੇ ਨਹੀਂ ਕਰਦਾ ਜਿੱਥੇ ਤੱਕ ਮੈਨੂੰ ਪਤਾ। ਇੱਕ ਲਾਸਟ ਮੈਂ ਵੀਡੀਓ ਬਣਾਈ ਸੀਗੀ, ਨੋਰਮਲ ਵੀਡੀਓ ਸੀ, ਉਹਦੇ ਵਿੱਚ ਕੀ ਕਹਿੰਦੇ ਆ ਆਪਣਾ ਇੰਡੀਅਨ ਫਲੈਗ ਸੀਗਾ, ਇੰਡੀਅਨ ਫਲੈਗ ਨਾ ਹੁਣ ਸਕੂਲ 'ਚ ਮਿਲਦਾ ਤੇ ਪਲਾਸਟਿਕ ਦਾ ਹੁੰਦਾ ਸੀ ਹੈ ਨਾ, ਅਤੇ ਉਹ ਸਟੈਪਲਰ ਲੱਗਾ ਹੁੰਦਾ, ਅਤੇ ਮੈਂ ਆਪਣੇ ਘਰ ਦੀ ਵੀਡੀਓ ਬਣਾਈ, ਮੰਮੀ ਔਰ ਮੈਂ ਅਨੁਪਮਾ ਦੇਖਦੀ ਹੋਈ ਕੋਈ ਸੀਰੀਅਲ ਦੀ ਵੀਡੀਓ ਬਣਾਈ, ਅਤੇ ਉਹਦੇ ਵਿੱਚ ਇਹ ਸੀਗਾ ਕਿ ਉਹ ਜਿਹੜਾ ਫਲੈਗ ਸੀ ਇੰਡੀਅਨ ਫਲੈਗ, ਉਹ ਆਪਾਂ ਜਿੱਥੇ ਟਿਕਾਇਆ ਸੀ ਉਹ ਹਲਕਾ ਜਿਹਾ ਐਵੇਂ ਟੇਢਾ ਜਿਹਾ ਹੋ ਗਿਆ ਸੀਗਾ, ਠੀਕ ਹੈ, ਅਤੇ ਉਹ ਉੱਤੇ ਥੱਲੇ ਹੋ ਗਿਆ, ਮੈਂ ਧਿਆਨ ਨਹੀਂ ਦੇ ਪਾਇਆ ਕਿਉਂਕਿ ਹੁਣ ਹੱਥ ਮਾਰਦੇ, ਕੱਪੜਾ ਮਾਰਦੇ, ਡਸਟਿੰਗ ਕਰਦੇ ਕਿਤੇ ਹੋ ਗਿਆ, ਤੇ ਲੋਕਾਂ ਨੇ ਜਿਨ੍ਹਾਂ ਨੇ ਕਾਮੇਡੀ ਦੇਖਣੀ ਸੀ ਉਹਨਾਂ ਨੇ ਕਾਮੇਡੀ ਦੇਖੀ, ਇੱਕ ਦੋ ਬੰਦਿਆਂ ਨੇ ਲਾਈਕ ਆਈ ਡੋਂਟ ਨੋ ਉਹਨਾਂ ਦੇ ਫੇਕ ਅਕਾਊਂਟ ਸੀ ਕੀ ਸੀ, ਹੁਣ ਦੇ ਸਟਾਰਟ ਅਬਿਊਜ਼ਿੰਗ, ਤੂੰ ਯੇ ਤੂੰ ਇੰਡੀਆ ਕਾ ਨਹੀਂ ਹੈ ਯੇ, ਹਾਲਾਂਕਿ ਲੋਕੀ ਮੈਨੂੰ ਜਵਾਬ ਨਹੀਂ ਦੇਣਾ ਪਿਆ, ਲੋਕਾਂ ਨੇ ਕਾਫੀ ਔਰ ਮੈਨੂੰ ਕੀ ਕਹਿੰਦੇ ਸੇਵ ਕੀਤਾ ਕਿ ਨਹੀਂ ਯਾਰ ਇਸਮੇ ਕੋਈ ਬੜੀ ਬਾਤ ਨਹੀਂ ਹੈ, ਕੋਈ ਗਲਤ ਚੀਜ਼ ਨਹੀਂ ਹੈ, ਬਾਏ ਮਿਸਟੇਕ ਹੋਇਆ ਕੁਛ ਵੀ ਹੈ, ਅਤੇ ਇਹ ਚੀਜ਼ ਮਤਲਬ ਦੂਸਰੀ ਚੀਜ਼ ਅਗਰ ਮੈਂ ਹੋਰ ਦੱਸਾਂ, ਹੁਣ ਮੈਂ ਇੱਕ ਵੀਡੀਓ ਬਣਾਈ ਸੀ ਆਪਣੇ ਫਰੈਂਡ ਨਾਲ ਜੱਟ ਐਂਡ ਜੱਟ ਕਰਕੇ, ਉਹਦੇ ਵਿੱਚ ਉਹ ਹਰਿਆਣਵੀ ਬੋਲਦਾ ਪੰਜਾਬੀ, ਲੋਕੀ ਉਹਦੇ ਲੋਕਾਂ ਨੂੰ ਉਹ ਵੀ ਪਸੰਦ ਨਹੀਂ ਹੈ, ਗਾਲਾਂ ਕੱਢ ਰਿਹਾ ਤੂੰ ਨਕਲੀ ਪੰਜਾਬੀ, ਉਹ ਨਕਲੀ, ਮੈਂ ਕਿਹਾ ਯਾਰ ਡਿਪਰੈਸ਼ਨ ਨਹੀਂ ਨਾ, ਦੇਖ ਕੇ ਅੱਗੇ ਵਧੋ, ਅਗਲਿਆਂ ਦੀ ਵੀ ਰੀਲ ਦੇਖੋ, ਅਤੇ ਇਹ ਚੀਜ਼ ਬਹੁਤ ਹੁੰਦੀਆਂ, ਬਟ ਹਾਂ ਟੱਚਵੁੱਡ ਮੈਨੂੰ ਹੁਣ ਕਿਸੇ ਨੂੰ ਰਿਪਲਾਈ ਨਹੀਂ ਕਰਨਾ ਪੈਂਦਾ, ਜੋ ਮੇਰੇ ਫੋਲੋਅਰਸ ਨੇ ਉਹ ਬਹੁਤ ਪਿਆਰ ਨਾਲ ਔਰ ਬਹੁਤ ਗਾਲਾਂ ਕੱਢ ਕੇ ਵੀ ਰਿਪਲਾਈ ਦਿੰਦੇ ਕਿ ਸਾਹਮਣੇ ਵਾਲਾ ਚੁੱਪ ਹੋ ਜਾਂਦਾ, ਮੈਨੂੰ ਤੇ ਕਮੈਂਟ ਇੰਨੇ ਆਉਂਦੇ ਨਾ, ਅਗਰ ਮੈਂ ਬਿਨਾਂ ਚਸ਼ਮੇ ਤੋਂ ਵੀਡੀਓ ਕਦੀ ਪਾਉਂਦਾ ਤਾਂ ਮੈਂ ਮੇਕਅਪ ਨਹੀਂ ਕਰਦਾ, ਮੇਰੇ ਇੱਥੇ ਬਰਥ ਮਾਰ ਗਿਆ, ਅਤੇ ਮੈਨੂੰ ਮੈਸੇਜ ਆਇਆ ਓਏ ਤੇਰੀ ਅੱਖ ਕਿਸਨੇ ਫੋੜ ਦੀ, ਤੇਰੇ ਕੋਲ ਮੁੱਕਾ ਕਿਸਨੇ ਮਾਰ ਦੀਆ। ਪਹਿਲੇ ਮੈਂ ਥੋੜ੍ਹਾ ਜਿਹਾ ਨਾ ਹੋ ਜਾਂਦਾ ਸੀ ਕਿ ਨਹੀਂ, ਮੈਂ ਉਸ ਵੇਲੇ ਰਿਪਲਾਈ ਕਰਦਾ ਸੀ, ਅੱਜ ਤੋਂ 4-5 ਸਾਲ ਪਹਿਲਾਂ, ਮੈਂ ਕਿਹਾ ਓਏ ਤੂੰ ਨੇ ਮਾਰੀ ਹੋਗੀ, ਤੇਰੇ ਬਾਪ ਨੇ ਮਾਰੀ ਹੋਈ, ਤੇਰੀ ਲਿਖਤਾ, ਬਟ ਹੁਣ ਮੈਂ ਕਾਮ ਮੈਂ ਸਿੱਧਾ ਪਿਆਰ ਲੈ, ਮੈਂ ਭਾਜੀ ਬਹੁਤ ਮਾਰ ਗਿਆ ਯਾਰ, ਤੁਹਾਡੇ ਅੰਦਰ ਚੇਂਜ ਆਇਆ, ਬਹੁਤ ਚੇਂਜ ਹੈ ਭਾਜੀ, ਬਹੁਤ ਜ਼ਿਆਦਾ, ਬਹੁਤ ਜ਼ਿਆਦਾ ਚੇਂਜ ਹੈ। ਇਹੀ ਚੀਜ਼ ਹੁੰਦੀ ਹੈ, ਦੇਖੋ ਜਦ ਤੁਸੀਂ
ਇੱਕ ਚੀਜ਼ ਦੇ ਪਿੱਛੇ ਹੋ ਜਾਂਦੇ, ਲੋਕੀ ਤੁਹਾਡੇ ਪਿੱਛੇ ਆ ਰਹੇ ਹੁੰਦੇ ਨੇ ਨਾ, ਇਟ ਮੇਕਸ ਯੂ ਰਿਅਲਾਈਜ਼ ਕਿ ਨਹੀਂ ਯਾਰ ਮੈਂ ਕਾਮ ਹੋਵਾਂ ਤੇ ਲੋਕੀ ਹੋਰ ਮੈਨੂੰ ਫੋਲੋ ਕਰਦੇ ਨੇ। ਬਿਲਕੁਲ ਭਾਜੀ, ਬਹੁਤ ਜ਼ਿਆਦਾ ਕਰਨਾ ਪੈਂਦਾ। ਤੇ ਕਦੇ ਇਹੋ ਜਿਹੀ ਰਿਐਲਿਟੀ ਹੈ ਕਿ ਕਦੇ ਤੁਸੀਂ ਸੈਡ ਹੋਵੋ ਜਾਂ ਕਦੇ ਮੂਡ ਆਫ ਹੋਵੇ ਜਾਂ ਕਦੇ ਕੋਈ ਜਿਸ ਚੀਜ਼ ਤੋਂ ਡਿਪਰੈਸਡ ਹੋਵੋ ਤੇ ਹੋਵੇ ਕਿ ਯਾਰ ਕਾਸ਼ ਮੈਂ ਇਹ ਕੈਰੈਕਟਰ ਹੁੰਦਾ ਤੇ ਮੈਂ ਇੰਜ ਰਿਐਕਟ ਕਰਦਾ। ਫੋਰ ਐਗਜ਼ਾਮਪਲ ਦਾ ਕੈਰੈਕਟਰ ਆਫ ਪਾਪਾ ਜੀ, ਹਾਂ ਤੁਸੀਂ ਬਹੁਤ ਕਾਮ ਹੋ, ਜੀਤ ਮਥਾਰੂ ਇਸ ਕਾਮ, ਲੇਕਿਨ ਇਸ ਸਿਚੁਏਸ਼ਨ ਤੇ ਜੇ ਪਾਪਾ ਜੀ ਹੁੰਦੇ ਉਹ ਕਿੱਦਾਂ ਦਾ ਰਿਐਕਟ ਕਰਦੇ? ਭਾਜੀ ਮੈਂ ਉਹੀ ਦੱਸ ਰਿਹਾ ਨਾ, ਮੇਰੇ ਕੈਰੈਕਟਰ ਦਾ ਮੈਨੂੰ ਏਦਾਂ ਹੈ ਕਿ ਪਾਪਾ ਜੀ ਦੇ ਅਗਰ ਮੈਂ ਕੁੜਤਾ ਜਾਮਾ ਪਾ ਲਾਂ ਜਾਂ ਸਿਰ ਤੇ ਪਰਨਾ ਪਾ ਲਾਂ, ਮੇਰੀ ਆਵਾਜ਼ ਚੇਂਜ ਹੋ ਜਾਂਦੀ ਹੈ। ਲੂੰਗੀ ਬਨ ਲਈ ਮੈਂ ਤੇ ਮੇਰੀ ਆਵਾਜ਼ ਚੇਂਜ ਹੋ ਜਾਂਦੀ ਹੈ। ਤੇ ਮਤਲਬ ਮੈਨੂੰ, ਔਰ ਯੈਸ ਜਿੱਦਾਂ ਤੁਸੀਂ ਕਿਹਾ ਕਿ ਕੋਈ ਸੈਡ ਮੂਮੈਂਟ ਤੇ ਮੈਂ ਚੇਂਜ ਕਰਨਾ, ਤੇ ਮੈਂ ਜਦੋਂ ਵੀ ਸੈਡ ਹੁੰਦਾ ਜੀਤ ਮਠਾਰੂ, ਜਦੋਂ ਵੀ ਸੈਡ ਹੁੰਦਾ ਤੇ ਮੈਂ ਸਾਰਿਆਂ ਨੂੰ ਇੱਕ ਟਿਪ ਦੇਣਾ ਚਾਹਾਂਗਾ, ਅਗਰ ਤੁਸੀਂ ਕਦੀ ਸੈਡ ਹੋ, ਕਦੀ ਪਰੇਸ਼ਾਨ ਹੋਵੋ ਤੇ ਕਦੀ ਮੰਮੀ ਨਾਲ ਬਹਿ ਕੇ ਨਾ ਉਹਨਾਂ ਦੇ ਨਾਖੂਨ ਕੱਟ ਲਿਆ ਕਰੋ, ਨੇਲਸ, ਸੀਰੀਅਸਲੀ ਦੱਸ ਰਿਹਾ। ਬੜੀਆਂ ਗੱਲਾਂ ਕਰਨ ਨੂੰ ਮਿਲਦੀਆਂ, ਥੋੜੀ ਮੰਮੀ ਦੇ ਨੋਕ ਜੋਕ ਚੱਲਦੀ ਹੈ। ਮੈਂ ਜਦੋਂ ਸੈਡ ਹੁੰਦਾ ਮੈਂ ਤਾਂ ਦੋ ਹੀ ਕੰਮ ਕਰਦਾ, ਜਾਂ ਫਿਰ ਗੁਰਦੁਆਰੇ ਮੰਦਿਰ ਚਲੇ ਜਾਂਦੇ ਜਾਂ ਫਿਰ ਬੇਬੇ ਨਾਲ ਬਹਿ ਕੇ ਟਾਈਮ ਸਪੈਂਡ ਕਰ ਲੈਂਦੇ ਹਾਂ। ਬਾਕੀ ਕਰੈਕਟਰ ਤੁਸੀਂ ਦੇਖਦੇ ਹੋ, ਹਰ ਕਰੈਕਟਰ ਨੂੰ ਚੇਂਜ ਕਰਨ ਵਾਸਤੇ ਮੈਨੂੰ ਥੋੜਾ ਟਾਈਮ ਲੱਗਦਾ, ਬਟ ਉਸ ਵੇਲੇ ਜਿੱਦੇ ਕੱਪੜੇ ਪਾ ਲਏ ਉਸੇ ਕਰੈਕਟਰ 'ਚ ਜੀਤ ਮਠਾਰੂ ਆ ਜਾਂਦਾ। ਇਹ ਤਾਂ ਤੁਹਾਡੀ ਸਟੋਰੀ ਸੀ, ਪਾਪਾ ਜੀ ਦੀ ਸਟੋਰੀ ਸੀ, ਚਾਚੇ ਦੀ ਸਟੋਰੀ ਸੀ, ਚਾਚੇ ਦੀ ਸਟੋਰੀ ਨਹੀਂ ਸਮਝ ਆਈ ਮੈਨੂੰ। ਚਾਚਾ ਭਾਜੀ ਹਰ ਘਰ 'ਚ ਕਲੇਸ਼ ਹੁੰਦਾ ਯਾਰ, ਕੋਈ ਡਿਸਪਿਊਟ ਯੇ ਵੋ, ਸਾਡੇ ਘਰ ਵੀ ਹੋਇਆ ਸੀ ਕੁਝ, ਸਾਡੀ ਪ੍ਰੋਪਰਟੀ ਦਾ, ਤੇ ਮੰਮੀ ਤੇ ਕੁਛ ਵੀ ਨਹੀਂ ਕਹਿੰਦੀ, ਮੰਮੀ ਤੇ ਕਹਿੰਦੀ ਜੋ ਰੱਬ ਨੇ ਦਿੱਤਾ ਹੋਇਆ। ਬਟ ਮੈਨੂੰ ਥੋੜਾ ਜਿਹਾ ਅੰਦਰ ਰਿਗਰੈਟ ਸੀ, ਠੀਕ ਹੈ ਲੈ ਗਿਆ, ਬਟ ਤੂੰ ਹੁਣ ਸਾਡੇ ਤੋਂ ਸੁੰਦਰ ਹੈ, ਆਰਾਮ ਨਾਲ ਬਹਿ ਕੇ ਨਾ। ਉਹ ਮੈਨੂੰ ਕਾਲ ਕਰਦਾ, ਤੂੰ ਮੇਰੇ ਵਾਸਤੇ ਵੀਡੀਓ ਬਣਾਈ ਹੈ, ਮੈਨੂੰ ਪਤਾ। ਮੈਂ ਕਿਹਾ ਦੇਖੋ ਸੜੋ, ਘਰ ਘਰ 'ਚ ਕਲੇਸ਼ ਹੈ ਭਾਜੀ। ਸੋ ਦਿਸ ਵਾਜ਼ ਦੀ ਅਨਕਟ unedited real Jeet Matharu. Matharu sahab, hun last segment to pehla tode naal ek quick fire with Zaika karan, one artist jida naal Jeet Matharu sahab collaborate karna chahnde ne? Bhai simple, ek Bohemia paaji aur ek Kapil Sharma paaji, bas do bande chahide mainu, aur kuch nahi chahida. Next expensive thing Jeet Matharu wants to buy? Main gaddi lena chahunda, vaddi. Vaddi kehdi wali? Matlab Mercedes te chalugi yaar. Jeet's dream destination to travel and kide naal jaoge? ਮੈਂ ਫੈਮਿਲੀ ਨੂੰ ਲੈ ਕੇ ਜਾਵਾਂਗਾ ਆਪਣੀ ਪੂਰੀ। ਆਪਾਂ ਭਾਜੀ, ਮੈਂ ਆਸਟ੍ਰੇਲੀਆ ਹੋ ਕੇ ਆਇਆ, ਇੱਕ ਵਾਰੀ ਫਿਰ ਦੁਬਾਰਾ ਜਾਣਾ ਚਾਹਾਂਗਾ, ਔਰ ਕੋਈ ਵੀ ਏਦਾਂ ਦੀ ਜਗ੍ਹਾ ਜਿੱਥੇ ਮੈਂ ਨਹੀਂ ਗਿਆ ਜਾਣਾ ਚਾਹਾਂਗਾ। ਇੱਕ ਕਿਜ਼ੀਨ ਜੋ ਜੀਤ ਨੂੰ ਬਹੁਤ ਜ਼ਿਆਦਾ ਪਸੰਦ ਹੈ ਤੇ ਇੱਕ ਜਿਹੜੀ ਬਿਲਕੁਲ ਸਮਝ ਨਹੀਂ ਆਉਂਦੀ, ਵਾਈ ਡੂ ਪੀਪਲ ਗੋ ਆਊਟ ਟੂ ਸਪੈਂਡ ਮਨੀ ਔਨ ਦੈਟ ਪਾਰਟੀਕੂਲਰ ਡਿਸ਼? ਯਾਰ ਮੈਨੂੰ ਸਭ ਤੋਂ ਜ਼ਿਆਦਾ ਪਸੰਦ ਹੈ ਆਪਣੇ ਰਾਜਮਾ ਚੌਲ, ਮੈਂ ਕਹਿੰਦਾ ਉਹ ਵੀ ਘਰ ਦੇ ਬਣੇ ਹੋਏ, ਮੰਮੀ ਦੇ ਨਾਲ ਪਈ ਹੋਈ ਚਟਨੀ ਉੱਤੇ ਨਾਲ ਪਿਆਜ਼ ਕੱਟ ਕੇ, ਕਸਮ ਨਾਲ ਕਹਿ ਰਹਾ ਮੈਨੂੰ 4 ਦਿਨ ਖਵਾ ਲਓ, ਮੈਂ ਨਹੀਂ ਛੱਡਦਾ ਰਾਜਮਾ ਚੌਲ। ਮੇਰੀ ਮੰਮੀ ਕੋਲੀ 'ਚ ਪਾ ਪਾ ਕੇ ਫਰਿੱਜ ਤੋਂ ਥੱਲੇ ਰੱਖ ਦਿੰਦੀ, ਮੈਂ ਉੱਥੋਂ ਵੀ ਕੱਢ ਲਿਆਉਂਦਾ। ਮੰਮੀ ਕਹਿੰਦੀ ਬਾਏ ਹੋ ਗਏ, ਹੁਣ ਤਾਂ ਛੱਡ ਦੇ। ਮੈਂ ਕਿਹਾ ਬਾਏ ਨਹੀਂ ਹੁਣ ਦੇਣੇ, ਆਪਾਂ ਪੂਰਾ ਫਰਾਈ ਕਰਕੇ ਖਾ ਜਾਣਾ। ਤੇ ਦੂਜੀ ਚੀਜ਼ ਤੁਸੀਂ ਪੁੱਛਿਆ ਕਿਹੜੀ ਚੀਜ਼ ਜਿਹੜੀ ਤੁਹਾਨੂੰ ਨਹੀਂ ਪਸੰਦ? ਭਾਜੀ ਮੈਨੂੰ ਚੌਮਿਨ ਨਹੀਂ ਪਸੰਦ, ਸੱਚੀ ਕਹਿ ਰਿਹਾ। ਇੱਕ ਤੇ ਲੰਬੀ ਲੰਬੀ ਦੀ ਚੌਮਿਨ, ਅੱਧੀ ਕੱਚੀ ਪੱਕੀ ਵਿੱਚ ਸਬਜ਼ੀਆਂ, ਬੰਦ ਗੋਭੀ, ਖੁੱਲੀ ਗੋਭੀ ਜੋ ਵੀ ਹੁੰਦੀ ਆ, ਕੱਚੇ ਪਿਆਜ਼, ਇਹ ਉਹ, ਖਾਣ ਤੋਂ ਬਾਅਦ ਅੰਦਰ ਜਾ ਕੇ ਕੀ ਬਣਦਾ, ਲੋਕੀ ਪਾਗਲ ਉਹਦੇ ਪਿੱਛੇ, ਕੁੜੀਆਂ ਮੁੰਡੇ ਸਾਰੇ ਪਾਗਲ ਹੋਏ ਪਏ ਨੇ। ਤੰਦੂ ਸਿੰਗਾਪੁਰੀ ਉਹ ਕਲਰ ਪਾ ਦਿੰਦੇ, ਉਹਦੇ 'ਚ ਵੱਖਰੇ ਰੰਗ ਬਣ ਜਾਂਦਾ, ਮੈਨੂੰ ਬਿਲਕੁਲ ਨਹੀਂ ਪਸੰਦ। ਓਕੇ ਜੀ, ਤੁਹਾਡਾ ਫੇਵਰੇਟ ਗਾਣਾ ਤੇ ਪਲੀਜ਼ ਆਪਣੇ ਕੈਰੈਕਟਰ ਦੇ ਸਟਾਈਲਿਸ਼ ਗਾ ਕੇ ਸੁਣਾ ਦਿਓ। ਸਿੰਗਰਸ ਮੈਨੂੰ ਸਾਰੇ ਪਸੰਦ ਨੇ, ਤੇ ਮੈਨੂੰ ਤੇ ਐਮੀ ਵਿਰਕ ਭਾਈ ਦੇ ਗਾਣੇ ਬੜੇ ਵਧੀਆ ਲੱਗਦੇ। ਕਈ ਲੋਕੀ ਮੈਨੂੰ ਕਹਿੰਦੇ ਕਿ ਭਾਈ ਤੁਸੀਂ ਐਮੀ ਵਿਰਕ ਵਰਗੇ ਲੱਗਦੇ ਹੋ, ਤੇ ਮੈਨੂੰ ਉਹਨਾਂ ਦਾ ਗਾਣਾ ਬੜਾ ਪਸੰਦ ਸੀ ਕਿ ਮੈਂ ਉਹਦਾ ਪੈਰੋਡੀ ਵੀ ਲਿਖੀ ਸੀ। ਗਾਣਾ ਸੀਗਾ
ਬੈਠੇ ਆ ਕਰੂੰ ਕਿਹੜਾ ਗਾਣਾ ਹੈ, ਖੱਬੀ ਸੀਟ ਗਾਣਾ ਉਹਨਾਂ ਦਾ, ਤੇ ਮੈਂ ਉਹਦੇ ਤੇ ਪੈਰੋਡੀ ਬਣਾਈ ਸੀ ਠੰਡ ਦੇ ਮੌਸਮ ਦੇ ਵਿੱਚ। ਨਾ ਨਾ ਮੀ ਇਹ ਨੀ ਹੁਣ ਨਹਾਉਣਾ ਨਹੀਂ ਸੌਖਾ, ਗੀਜ਼ਰ ਕਰੋ ਆਉਣ ਨਾਲੇ ਪਾਣੀ ਦੇ ਦੋ ਕੋਸਾ, ਨਾ ਨਾ ਮੀ ਇਹ ਨੀ ਹੁਣ ਨਹਾਉਣਾ ਨਹੀਂ ਸੌਖਾ, ਉਹ ਗੀਜ਼ਰ ਕਰੋ ਆਉਣ ਨਾਲੇ ਪਾਣੀ ਦੇ ਦੋ ਕੋਸਾ, ਮੈਂ ਜਦੋਂ ਵੀ ਰਜਾਈ ਚ ਉੱਠਦਾ ਸੱਚੀ ਦੱਸਾਂ ਨਹਾਉਣਾ ਤੇ ਫਜ਼ੂਲ ਲੱਗਦਾ, ਉਹ ਦੱਸੋ ਮੈਂ ਕਿਵੇਂ ਬੈਠੇ ਆ ਕਰੂੰ, ਬਾਥਰੂਮ ਵਾਲਾ ਪੋਟ ਕੂਲ ਲੱਗਦਾ। This was some toilet humor. ਤੇ ਭਾਜੀ ਥੈਂਕ ਯੂ ਸੋ ਮਚ, ਦਿਸ ਵਾਸ ਇਟ। ਐਂਡ ਜੀਤ ਮਥਾਰੂ ਤੋਂ ਮੈਨੂੰ ਨਹੀਂ ਲੱਗਦਾ ਕਿ ਇਸ ਤੋਂ ਜ਼ਿਆਦਾ ਰੀਅਲ ਵਿੱਚ ਕੋਈ ਹੋਰ ਜਾਣ ਸਕਦਾ ਹੈ। ਇਹ ਸਾਡਾ ਛੋਟਾ ਜਿਹਾ ਸੈਗਮੈਂਟ ਸੀ ਵਿਦ ਜੀਤ ਮਥਾਰੂ, ਨਵੇਂ ਨਵੇਂ ਆਰਟਿਸਟ, ਨਵੀਂ ਨਵੀਂ ਜ਼ਿੰਦਗੀਆਂ, ਨਵੇਂ ਨਵੇਂ ਜ਼ਾਇਕੇ ਵਾਸਤੇ। ਪਲੀਜ਼ ਕੀਪ ਵਾਚਿੰਗ ਕੈਟ ਪੰਜਾਬ ਪ੍ਰੈਜ਼ੈਂਟਸ ਜ਼ਾਇਕਾ ਇਜ਼ ਜ਼ਿੰਦਗੀ ਪਾਵਰਡ ਬਾਈ ਇਨੋਵੇਟਿਵ ਗੈਟਵੇ ਟ੍ਰੈਵਲ ਸੋਲਿਊਸ਼ਨਸ। ਤੇ ਮੈਂ ਅਮਨ ਅਗਲੇ ਐਪੀਸੋਡ ਵਿੱਚ ਤੁਹਾਡੇ ਨਾਲ ਨਵੇਂ ਆਰਟਿਸਟ ਤੇ ਇੱਕ ਨਵੇਂ ਜ਼ਾਇਕੇ ਨਾਲ ਜ਼ਰੂਰ ਹਾਜ਼ਰ ਹੋਵਾਂਗਾ। ਗੂਗਲ ਕਰ ਰਿਹਾ ਸੀ, ਕਹਿੰਦੇ ਮੱਛੀ ਹੁੰਦੀ ਹੈ ਉਤੋਂ ਦੀ, ਕੱਚੀ ਹੁੰਦੀ ਹੈ ਉਤੋਂ ਦੀ, ਕੀ ਕਰਤਾ ਭਾਈ ਨਹੀਂ ਆਪਾਂ ਨਹੀਂ ਭਾਈ, ਮੈਂ ਬਾਹਰ ਜਾ ਕੇ ਜੇਲ ਰੋਡ ਤੋਂ ਮੋਮੋਸ ਖਾ ਲੈਣੇ ਭਾਈ ਥੋੜੇ ਟਾਈਮ ਬਾਅਦ।